ਵਾਰਾਣਸੀ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਪੁਰਖਾ ਦੇ ਸਾ ਸਤਿਗੁਰ ਸੱਚ ਨਾਮ ਸਦਵਾਇਆ ਆਦਿ ਪੁਰਖ ਕੌਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਚਰਨ ਕਮਲਾਂ 'ਚ ਨਮਸਕਾਰ ਹੈ ਜਿਨ੍ਹਾਂ ਨੇ ਪਰਮੇਸ਼ੁਰ ਸਤਿਗੁਰ ਸੱਚਾ ਨਾਮ ਸਦਾਇਆ ਭਾਵ ਸਤਿਗੁਰ ਕਹਾਉਣਾ ਉਹਨਾਂ ਹੀ ਸੱਚ ਦਾ ਸੋਧ ਹੈ। ਸਤਿਗੁਰ ਕਹਾਉਣਾ ਉਹਨਾਂ ਨੂੰ ਹੀ ਸੱਚ ਦਾ ਸੋਧ ਆ। ਉਹ ਸਾਧੀ ਪਰਮਾਤਮਾ ਨਮਸਕਾਰ ਹੈ ਜਿਸ ਨੇ ਆਪਣਾ ਸੱਚਾ ਨਾਮ ਸਤਿਗੁਰ ਨਾਨਕ ਦੇਵ ਜੀ ਸਦਵਾਇਆ ਹੈ। ਚਾਰ ਵਰਨ ਗੁਰਸਿੱਖ ਕਰ ਵਰਨ ਸੱਚਾ ਪੰਥ ਚਲਾਇਆ। ਸਤਿਗੁਰੂ ਜੀ ਨੇ ਚੌਹਾਂ ਵਰਨ ਨੂੰ ਇੱਕ ਕਰਕੇ ਗੁਰਮੁਖਾਂ ਦਾ ਸੱਚਾ ਪੰਥ ਮਾਰਗ ਚਲਾ ਦਿੱਤਾ। ਸਾਧ ਸੰਗ ਮਿਲ ਕੰਮ ਦੇ ਸਤਿਗੁਰ ਸਭ ਦਾ ਨਾਹ ਦਵਾਇਆ। ਉਹ ਗੁਰਮੁਖ ਪਿਆਰੇ ਸਾਧ ਮਿਲ ਕੇ ਗਾਉਂਦੇ ਆ, ਕੀਰਤਨ ਕਰਦੇ ਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਜਿਹੜੀ ਅਨਹਦਮੇ ਨੇ ਅਨਾਹਦ ਧੁਨੀ ਉਹਨੂੰ ਵਜਾਉਂਦੇ ਹਨ। ਬਾਇਆ ਮੈਨੇ ਵਜਾਉਣਾ ਆਦੇਸ ਮੈਨੇ ਨਮਸਕਾਰ ਸੱਚਖੰਡ ਪਰਮਾਤਮਾ ਦਾ ਸਥਾਨ ਗੁਰਸਾਖੀ ਉਪਦੇਸ਼ ਕਰ ਆਪ ਤਰੈ ਸਹਿਸਾਰ ਤਰਾਇਆ। ਭਾਈ ਸਾਹਿਬ ਕਹਿੰਦੇ ਫਿਰ ਉਹ ਸਤਿਗੁਰਾਂ ਦੀ ਸਿੱਖ ਨੂੰ ਸਤਿਗੁਰਾਂ ਦੀ ਸਿੱਖਿਆ ਸਿੱਖ ਗੁਰੂ ਦੀ ਸਿੱਖਿਆ 'ਤੇ ਆਪ ਚੱਲਦੇ ਆ, ਹੋਰਨਾਂ ਨੂੰ ਚਲਾ ਕੇ ਆਪ ਸੰਸਾਰ ਸਾਗਰ ਉਤਰਦੇ ਆ, ਦੂਸਰਿਆਂ ਨੂੰ ਉਤਾਰਦੇ ਹਨ। ਪਾਨ ਸੁਪਾਰੀ ਕੱਥ ਮਿਲ ਚੂਨੇ ਰੰਗ ਸੁਰੰਗ ਚੜ੍ਹਾਇਆ। ਜਿਸ ਪ੍ਰਕਾਰ ਪਾਨ ਸੁਪਾਰੀ ਕੱਥਾ ਚੂਨਾ ਮਿਲ ਕੇ ਸੁੰਦਰ ਫੇ ਲਾਲ ਰੰਗ ਬਣ ਜਾਂਦਾ, ਇਸੇ ਪ੍ਰਕਾਰ ਚਾਰੇ ਵਰਨ ਜਿਹੜੇ ਮਿਲ ਕੇ ਗੁਰਮੁਖਾਂ ਦਾ ਉੱਤਮ ਸ੍ਰੇਸ਼ਟ ਪੰਥ ਬਣ ਜਾਂਦਾ। ਗਿਆਨ ਧਿਆਨ ਸਿਮਰਨ ਯੁਗਤੀ ਗੁਰਮਤ ਮਿਲ ਗੁਰਪੂਰਾ ਪਾਇਆ। ਜਿਹਨਾਂ ਗੁਰਮੁਖ ਪਿਆਰਿਆਂ ਨੇ ਪੂਰੇ ਸਤਿਗੁਰਾਂ ਨੂੰ ਮਿਲ ਕੇ ਗੁਰੂ ਦੀ ਮੱਤ ਨੂੰ ਪ੍ਰਾਪਤ ਕੀਤਾ, ਉਹਨਾਂ ਨੇ ਗਿਆਨ ਧਿਆਨ ਅਤੇ ਸਿਮਰਨ ਦੀ ਜਿਹੜੀ ਯੁਗਤੀ ਹੈ ਇਹਨੂੰ ਚੰਗੀ ਤਰ੍ਹਾਂ ਪਾ ਲਿਆ, ਭਾਵ ਜਾਣ ਲਿਆ। ਸਾਧ ਸੰਗ ਸੱਚਖੰਡ ਵਸਾਇਆ। ਪਰਮਾਤਮਾ ਦਾ ਨਿਵਾਸ ਸਥਾਨ ਸੱਚਖੰਡ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਰੂਪ ਵਿੱਚ ਵਸਾਇਆ। ਕਹੋ ਕਬੀਰੇ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਦੂਜੀ ਪੌੜੀ ਪਰ ਤਨ ਪਰ ਧਨ ਪਰ ਨਿੰਦ ਮੇਠ ਨਾਮ ਦਾ ਨਿਸ਼ਨਾਮ ਦਰਾਇਆ। ਪਰਾਇਆ ਤਨ ਪਰ ਇਸਤਰੀ ਪਰ ਧਨ ਪਰਾਈ ਨਿੰਦਿਆ ਦੇ ਜਿਹੜੇ ਵਿਕਾਰ ਦੋਸ਼ ਇਹਨਾਂ ਨੂੰ ਮੇਟ ਕੇ ਨਾਮ ਦਾਨ ਇਸ਼ਨਾਨ ਦੀ ਜਿਹੜੀ ਪਵਿੱਤਰ ਕਿਰਿਆ ਇਹ ਗੁਰਸਿੱਖਾਂ ਨੂੰ ਦ੍ਰਿੜ ਕਰਾਈ ਹੈ। ਗੁਰਮਤ ਮਨ ਸਮਝਾਇਆ ਕਿ ਬਾਹਰ ਜਾਂਦਾ ਵਰਜ ਰਹਾਇਆ। ਸਤਿਗੁਰਾਂ ਦੀ ਸਿੱਖਿਆ ਦਾ ਮਨ ਨੂੰ ਵਰਜ ਕੇ ਰੋਕ ਕੇ ਵਿਕਾਰਾਂ ਵੱਲੋਂ ਇਹਦਾ ਮਨ ਭਟਕ ਰਿਹਾ ਸੀ, ਇਹਨੂੰ ਅੰਤਰਮੁਖ ਕੀਤਾ ਹੈ। ਮਨ ਜਿੱਤੇ ਜਗ ਜਿਹਨੇ ਲਾਇਆ ਅਸ਼ਟ ਧਾਤ ਅਤੇ ਇੱਕ ਧਾਤ ਕਰਾਇਆ। ਮਨ ਨੂੰ ਜਿਣਵੇਂ ਨੇ ਜਿੱਤ ਲਿਆ, ਇਸ ਤਰ੍ਹਾਂ ਸਾਰਾ ਸੰਸਾਰ ਜਿੱਤ ਲਿਆ, ਹਰ ਸੰਸਾਰ ਨੂੰ ਜਿੱਤ ਲਿਆ। ਮਨ ਜਿੱਤੇ ਜਾਣ ਜਗ ਜਿਣ ਲਿਆ, ਮਨ ਨੂੰ ਜਿੱਤੇ ਸੰਸਾਰ ਨੂੰ ਜਿਣ ਲਿਆ ਜਿੱਤ ਲਿਆ। ਬਰਜ ਮੈਨੇ ਰਹਾਇਆ ਰੋਕ ਰੱਖਿਆ, ਪਰਤਨ ਪਰਾਈ ਇਸਤਰੀ ਅਵੇਸ਼ ਮੈਨੇ ਘਰ ਔਰ ਅੱਠਾਂ ਧਾਤਾਂ ਦੀ ਇੱਕ ਧਾਤ ਕਰਦੀ, ਭਾਵ ਕਿ ਚਾਰੇ ਵਰਨ ਚਾਰੇ ਆਸ਼ਰਮ ਗੁਰੂ ਦੇ ਸਿੱਖ ਕਹਾਉਂਦੇ ਆ। ਪਾਰਸ ਹੋਏ ਪਾਰਸੋਂ ਗੁਰ ਉਪਦੇਸ਼ ਅਵੇਸ਼ ਦਿਖਾਇਆ। ਭਾਈ ਸਾਹਿਬ ਨੇ ਪਾਰਸ ਸਤਿਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਅਵੇਸ਼ ਘਰ ਕੀਤਾ ਉਹ ਪਾਰਸ ਰੂਪ ਹੋ ਗਏ ਹਨ, ਕਿਉਂਕਿ ਇੱਕ ਦੀਪਕ ਗੁਰੂ ਹੈ, ਇੱਕ ਪਾਰਸ ਗੁਰੂ ਹੈ, ਇੱਕ ਬ੍ਰਾਹਮਣ ਗੁਰੂ ਹੈ। ਬ੍ਰਾਹਮਣ ਜਿਹੜਾ ਦੂਏ ਨੂੰ ਉਪਦੇਸ਼ ਦਿੰਦਾ,
ਅਤੇ ਬਾਕੀ ਜਿਹੜਾ ਦੀਪਕ ਹੈ, ਜਿਵੇਂ ਦੀਵੇ 'ਤੇ ਦੀਵਾ ਬਾਲਦਾ, ਔਰ ਚੰਦਨ ਵਿਣ ਚੰਦਨ ਕਰ ਦਿੰਦਾ, ਉਹ ਗਾਂ ਚੰਦਨ ਨਹੀਂ ਕਰ ਸਕਦਾ। ਪਾਰਸ ਦੂਜੀਆਂ ਧਾਤਾਂ ਨੂੰ ਸੋਨਾ ਬਣਾਉਂਦਾ, ਬਣੀਆਂ ਧਾਤਾਂ ਸੋਨਾ ਨਹੀਂ ਬਣਾ ਸਕਦੀਆਂ। ਅਤੇ ਲਸ਼ਕਾ ਦੀ ਨਿਆਈ ਹੈ, ਲਾਠੀ ਆਪ ਤਰਦੀ ਹੈ, ਦੂਏ ਨੂੰ ਨਹੀਂ ਤਾਰ ਸਕਦੀ। ਬੇੜੀ ਕੁਝ ਚੰਦ ਬੰਦਿਆਂ ਨੂੰ ਤਾਰਦੀ ਹੈ, ਅਤੇ ਬੇੜਾ ਗੁਰਮੁਖ ਕੋਟ ਅਧਾਰਦਾ ਦੇ ਨਾਂ ਹੈ ਇੱਕ ਕਣੀ। ਇਸ ਵਾਸਤੇ ਗੁਰਪਦੇਸ਼ ਅਵੇਸ ਦਿਖਾਇਆ, ਗੁਰੂ ਦਾ ਜਿਹੜਾ ਉਪਦੇਸ਼ ਹੈ ਅਵੇ। ਭਾਈ ਸਾਹਿਬ ਕਹਿੰਦੇ ਪਾਰਸ ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਅਵੇਸ਼ ਕਰ ਕੀਤਾ ਉਹ ਪਾਰਸ ਸਰੂਪ ਹੋ ਗਏ। ਗੁਰਪਦੇਸ਼ ਅਵੇਸ਼ ਦਿਖਾਇਆ, ਪਾਰਸ ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਅਵੇਸ਼ ਕਰ ਕੀਤਾ। ਗੁਰਪਦੇਸ਼ ਗੁਰੂ ਦੇ ਦੁਆਰਾ ਅਵੇਸ਼ ਦਿਖਾਇਆ, ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਅਵੇਸ਼ ਪ੍ਰਵੇਸ਼ ਕੀਤਾ। ਉਹਨਾਂ ਨੇ ਜਿਨ੍ਹਾਂ ਨੇ ਆਪਣਾ ਘਰ ਬਣਾਇਆ, ਹਿਰਦੇ 'ਚ ਵਸਾਇਆ, ਉਹ ਪਾਰਸ ਰੂਪ ਹੋ ਗਏ। ਹਾਂਜੀ, ਗੁਰੂ ਦੇ ਉਪਦੇਸ਼ ਵਿੱਚ ਅਵੇਸ਼ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਆਪਣਾ ਸਵੈਮ ਸਰੂਪ ਆਤਮਾ ਪਦ ਨੂੰ ਦਿਖਾ ਦਿੱਤਾ। ਯੋਗ ਭੋਗ ਜਣ ਯੋਗਤ ਕਰ ਪਾਏ ਭਗਤ ਪੈ ਆਪ ਗਵਾਇਆ। ਭਾਈ ਸਾਹਿਬ, ਯੋਗ ਭੋਗ ਜਿੱਤਣ ਦੀ ਜਿਹੜੀ ਯੁਕਤੀ, ਇਹਨੂੰ ਗ੍ਰਹਿਣ ਕਰਕੇ ਸਿੱਖਾਂ ਨੂੰ ਫਿਰ ਪ੍ਰੇਮਾ ਭਗਤੀ ਔਰ ਪਰਮਾਤਮਾ ਦੇ ਭੈ ਵਿੱਚ ਆਪਾ ਭਾਵ ਹੋਮੇ ਦੇ ਨਾਲ ਸੁਣਨ, ਹਰ ਪਾਸੇ ਨਿਰੰਕਾਰ ਦਾ ਵਰਤਾਰਾ ਫਿਰ ਨਜ਼ਰ ਆਉਂਦਾ ਹੈ ਜਦੋਂ ਆਪਾ ਭਾਵ ਗੁਆ ਦਿੱਤਾ। ਆਪ ਗਏ ਆਪ ਵਰਤਿਆ, ਭਗਤ ਵਿੱਚ ਨੇ ਵਸਗਤ ਗਿਆ। ਫਿਰ ਭਗਤਾਂ ਦਾ ਪਿਆਰਾ ਪਰਮੇਸ਼ਰ ਆਪਣੇ ਭਗਤਾਂ 'ਚ ਵਸ ਰਿਹਾ। ਆਪ ਗਿਆ ਆਪ ਵਰਤਿਆ, ਜਿਹੜੇ ਆਪਾ ਭਾਵ ਚਲੇ ਗਿਆ ਅਤੇ ਫਿਰ ਨਜ਼ਰ ਆ ਗਿਆ ਕਿ ਉਹ ਪਰਮੇਸ਼ਰ ਆਪ ਹੀ ਸਾਰੇ ਵਿਆਪਕ ਹੋ ਰਿਹਾ, ਉਸ ਤੋਂ ਭਿੰਨ ਹੋਰ ਕੋਈ ਹੈ ਨਹੀਂ। ਫਿਰ ਭਗਤ ਵਸ਼ਲ ਹੋਏ ਬਸ ਗਿਆ, ਭਗਤਾਂ ਦਾ ਵਸ਼ਲ ਫਿਰ ਬਸ ਵਿੱਚ ਆ ਗਿਆ। ਉਹ ਭਗਤਾਂ ਦਾ ਪਿਆਰਾ ਪਰਮੇਸ਼ਰ ਆਪਣੇ ਪਿਆਰਿਆਂ ਦੇ ਬਸ ਵਿੱਚ ਆ ਗਿਆ। ਆਪਾ ਵਾਹਮੇ ਦੇ ਨਾਸ ਨਾ ਹੋਣ, ਹਰ ਪਾਸੇ ਪਰਮਾਤਮਾ ਦਾ ਵਰਤਾਰਾ ਫਿਰ ਨਜ਼ਰ ਆਉਂਦਾ। ਉਹ ਭਗਤਾਂ ਦੇ ਬਸ ਵਿੱਚ ਆ ਗਿਆ, ਸਾਧ ਸੰਗਤ ਵਿੱਚ ਅਲੱਖ ਲਖਾਇਆ। ਸਾਧ ਸੰਗਤ ਦੇ ਵਿੱਚ ਉਸ ਅਲੱਖ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਤੀਜੀ ਪੌੜੀ, ਸ਼ਬਦ ਸੁਰਤ ਮਿਲ ਸਾਧ ਸੰਗ, ਗੁਰਮੁਖ ਦੁੱਖ ਸੁੱਖ ਸਮ ਕਰ ਸਾਧੇ। ਗੁਰਮੁਖ ਪਿਆਰੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਆਪਣੀ ਸੁਰਤੀ ਨੂੰ ਸ਼ਬਦ ਜੋੜਦੇ ਹੈ ਔਰ ਦੁੱਖਾਂ ਸੁੱਖਾਂ ਨੂੰ ਇੱਕੋ ਜਿਹਾ ਜਾਣਦੇ, ਸਾਨੂੰ ਨੇ ਇੱਕੋ ਜਿਹਾ ਕਰਕੇ ਜਾਣਦੇ ਹੈ। ਗੁਰਮੁਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਸ਼ਬਦ ਸੁਰਤ ਨੂੰ ਦੁੱਖ ਸੁੱਖ ਸਮਾਨ ਜਾਣ ਕੇ ਸਾਧ ਲਾਇਆ। ਦੋਹਾਂ ਵਿੱਚ ਈਸ਼ਵਰ ਆਰਾਧਨ ਜਿਹੜੇ ਉਹਨੂੰ ਛੱਡਦੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮਨਾ ਹੋਈ, ਉਹ ਜਾਣਦੇ ਕਿ ਸੁੱਖ ਰੋਗ ਰੂਪੀ ਆ, ਦੁੱਖ ਦਾਰੂ ਰੂਪ ਆ। ਹੁਣ ਮੈਂ ਦੁਰਮੰਦ ਪਰ ਹਰੀ ਗੁਰ ਮੈਂ ਸਤਿਗੁਰ ਪੁਰਖ ਆਰਾਧੇ। ਹਉਮੈਂ ਜਿਹੜੀ ਹੈ ਔਰ ਖੋਟੀ ਮੱਤ ਦੁਰਮਤ ਤਿਆਗਤੀ, ਗੁਰਮਤ ਨੂੰ ਲੈ ਕੇ ਸਤਿਗੁਰ ਪੁਰਖ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਰਾਧਨਾ ਕਰਦੇ ਹਨ। ਸਿਵ ਸਕਤੀ ਨੂੰ ਲੰਘ ਕੇ ਗੁਰਮੁਖ ਸੁਖ ਫਲ ਸਹਿਜ ਸਮਾਧੇ। ਭਾਈ ਸਾਹਿਬ ਕਹਿੰਦੇ ਫਿਰ ਸਤੋ ਰਜੋ ਤਮੋ, ਇਹ ਤਿੰਨਾਂ ਗੁਣਾਂ ਤੋਂ ਲੰਘ ਕੇ ਜਿਹੜੇ ਗੁਰਮੁਖ ਹੈ ਸੱਤ ਸਰੂਪ ਸੁਖ ਫਲ ਦੇ ਵਿੱਚ ਭਾਵ ਤੁਰੀਆ ਪਦ ਦੇ ਵਿੱਚ ਸਮਾਧੇ ਸਮਾਧੀ ਲਾਈ ਰੱਖਦੇ ਆ। ਸਹਿਜ ਸਮਾਧੇ ਸੁਤੇ ਸਿੱਧ ਹੀ
ਸਮਾਧ ਦਿਲਾ ਕੇ ਰੱਖਦੇ ਆ। ਭਾਵ ਹਰ ਵੇਲੇ ਉਹਨਾਂ ਦਾ ਮਨ ਇਕਾਗਰ ਰਹਿੰਦਾ ਆ। ਗੁਰ ਪਰਮੇਸ਼ਰ ਏਕ ਜਾਣ ਦੂਜਾ ਭਾਵ ਮਿਟਾਏ ਉਪਾਧੇ, ਗੁਰਮੁਖ ਸਹਿਜ ਸਮਾਧੀ ਦੇ ਸੁੱਖ ਵਿੱਚ ਹਾਂਜੀ ਸਮਾਈ ਕਰਦੇ ਆ, ਭੇਦ ਹੋ ਕੇ ਰਹਿੰਦੇ ਆ। ਗੁਰਮੁਖ ਪਿਆਰੇ ਸਤਿਗੁਰੂ ਅਤੇ ਪਰਮਾਤਮਾ ਨੇ ਇੱਕ ਰੂਪ ਜਾਣ ਕੇ ਦੂਜਾ ਭਾਵ ਕੀ ਦਵੈਤ ਦੀ ਜਿਹੜੀ ਉਪਾਧੀ ਹੈ ਇਹਨੂੰ ਬਿਮਾਰੀ ਨੂੰ ਮਿਟਾ ਦਿੰਦੇ ਆ। ਮਹਾਂ ਸਾਧਨਾ ਸਾਧਿਆ ਜਾਣ ਵਾਲਾ ਸਾਮੇ ਕੋ ਜਿਹਾ ਦੁਰਮਤ ਖੋਟੀ ਮਤ, ਜੰਮਣ ਮਰਨੋਂ ਬਾਹਰੇ ਅਜਰਾਵਰ ਮਿਲ ਅਗਮਾ ਗਾਦੇ। ਵਾਹਿਗੁਰੂ ਦੱਸ ਕਹਿੰਦੇ ਹੋ ਜਿਹੜੇ ਗੁਰਮੁਖ ਪਿਆਰੇ ਜੰਮਣ ਮਰ ਔਰ ਅਜਰਾਵਰ ਬੁਢਾਪੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਅਗਾਮਾ ਗਾਦ ਪਰਮਾਤਮਾ 'ਚ ਮਿਲ ਜਾਂਦੇ ਆ। ਆਸ ਨਾ ਤਰਾਸ ਉਦਾਸ ਕਰ ਹਰ ਸੋਗ ਬੇਹੋ ਅੰਮ੍ਰਿਤ ਖਾਧੇ। ਫਿਰ ਵਾਹਿਗੁਰੂ ਦੱਸ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਅਜਰਾਵਰ ਹੁੰਦਾ ਜਿਹਨੂੰ ਬੁਢਾਪਾ ਅਵਾਰਾ ਨਾ ਕਰੇ, ਮਹਾਂ ਸਾਧ ਵੱਡੇ ਸਾਧ ਕਾਮ ਮਾਦਕ ਜਿਹੜੇ ਵਿਖੇ ਆ। ਭਾਈ ਸਾਹਿਬ ਜੀ ਕਹਿੰਦੇ ਆ ਜੰਮਣ ਮਨ ਬੁਢਾਪੇ ਦੇ ਦੁੱਖ ਤੋਂ ਰਹਿਤ ਹੋ ਕੇ ਅਗਮ ਅਗਾਦ ਮਾਨ ਬਾਣੀ ਤੋਂ ਪਰੇ ਆਤਮਾ 'ਚੋਂ ਮਿਲ ਜਾਂਦੇ ਆ। ਆਸ ਨਾ ਤਰਾਸ ਨਾ ਉਦਾਸ ਕਰ ਹਰ ਸੋਗ ਬੇਹੋ ਅੰਮ੍ਰਿਤ ਖਾਧੇ। ਫਿਰ ਮਹਾਂ ਸਾਧ ਜਿਹੜੇ ਆ ਸੁੱਖ ਦੁੱਖ ਹਰ ਸੋਗ ਆਦਿਕ ਜਿਹੜੇ ਸਾਧੇ ਨਹੀਂ ਜਾਂਦੇ, ਗੁਰਮੁਖ ਜਨਾਂ ਨੇ ਸਾਧ ਸੰਗ 'ਚ ਮਿਲ ਕੇ ਸਾਧ ਲਿਆ। ਸੁੱਖ ਦੁੱਖ ਦੋਨੋਂ ਸਮ ਕਰ ਜਾਂਦੇ ਔਰ ਮਨ ਅਪਮਾਨਾ ਹਰ ਸੋਗ 'ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਨਾ। ਪੌੜੀ ਚੌਥੀ ਪੌਣ ਪਾਣੀ ਵੈ ਸੰਤਰੋ ਰਾਜਗੁਣ ਤਮਗੁਣ ਸਤਗੁਣ ਜਿੱਤਾ, ਪਵਨ ਜਲ ਅਗਨੀ ਔਰ ਰਜੋ ਸਤੋ ਤਮੋ, ਇਹ ਨੰਬਰਵਾਰ ਤਿੰਨੇ ਗੁਣਾਂ ਦੇ ਰੂਪ ਜਿਹੜੇ ਆ ਸਿੱਖ ਨੇ ਜਿੱਤ ਲਿਆ। ਮਨ ਵਚ ਕਰਨ ਸੰਕਲਪ ਕਰ ਇੱਕ ਮਨ ਹੋਏ ਬਗਵੇ ਦੁਚਿੱਤਾ, ਫਿਰ ਮਨ ਵਚ ਮਨ ਵਾਣੀ ਸਰੀਰ ਨੂੰ ਸੰਕਲਪ ਕਰਕੇ ਤਿਆਗ ਕੇ ਭਾਵ ਮਨ ਤੋਂ ਰਹਿਤ ਹੋ ਕੇ ਇੱਕ ਮਨ ਹੋ ਗਿਆ। ਪੰਜ ਤੱਤ ਮਨ ਸਰੀਰ 'ਚੋਂ ਨਿਕਲ ਕੇ ਫਿਰ ਹੁਣ ਮਨ ਵਸਥਾ ਜਾ ਗਿਆ। ਇਹ ਮਨ ਲੈ ਜਾਓ ਹੁਣ ਮਨ ਰਹਿ ਤੋ ਤੀਨ ਲੋਕ ਕੀ ਬਾਤ ਹੈ ਕਹਿ। ਇੱਕ ਮਨ ਦਾ ਕੀ ਰੂਪ ਹੈ, ਦੂਜੀ ਜਿਹੜੀ ਚਿੰਤਾ ਸੀ ਉਹ ਛੱਡ ਦਿੱਤੀ ਹੈ। ਮਨ ਵਿੱਚ ਕਰਮ ਸੰਕਲਪ ਕਰ ਇੱਕ ਮਨ ਹੋਏ ਬਗੋਏ ਦੁਚਿੱਤਾ, ਮਨ ਬਾਣੀ ਸਰੀਰ ਜਿੰਨੇ ਵੀ ਸੰਕਲਪ ਹੈ ਛੱਡ ਕੇ ਮਨ ਵਚ ਕਰਮ ਸੰਕਲਪ ਕਰ ਇੱਕ ਮਨ ਹੋਏ ਬਗੋਏ ਦੁਚਿੱਤਾ। ਉਹਨਾਂ ਨੇ ਮਨ ਵਾਣੀ ਸਰੀਰ ਨੂੰ ਸੰਕਲਪ ਕਰਕੇ ਭਾਵ ਕੀ ਤਿਆਗ ਕੇ ਇੱਕ ਮਨ ਹੋ ਕੇ ਦੁਚਿੱਤੀ ਦਵੈਤ ਵਾਲਾ ਭਾਵ ਨਾਸ ਕਰ ਦਿੱਤਾ ਹੈ। ਬਗੋਏ ਮੈਨੇ ਨਾਸ ਕਰਤਾ ਦੁਚਿੱਤਾ ਦਵੈਸ਼ ਵਾਲਾ ਭਾਵ। ਲੋਕ ਬੇਦਗੁਰ ਗਿਆਨ ਲਿਵ ਅੰਦਰ ਇੱਕ ਬਾਹਰ ਬਹੁ ਪਿਤਾ। ਫਿਰ ਵਾਹਿਗੁਰੂ ਦਾਸ ਕਹਿੰਦੇ ਆ ਸਤਿਗੁਰਾਂ ਦੇ ਗਿਆਨ ਦੀ ਲਿਵ ਉਹਨਾਂ ਦਾ ਲੋਕ ਆ ਅਤੇ ਵੇਦ ਆ। ਅੰਦਰੋਂ ਮਨ ਕਰਕੇ ਇੱਕ ਰੂਪ ਔਰ ਬਾਹਰੋਂ ਬਹੁ ਪਿਤਾ ਬਹੁਤ ਪ੍ਰਕਾਰ ਦੇ ਨਜ਼ਰ ਆਉਂਦੇ, ਭਾਵ ਪਛਾਣ ਨਹੀਂ ਸਕਦੇ। ਸਭ ਨਾਲ ਮਿੱਠਾ ਵਰਦੇ ਅੰਦਰੋਂ ਨਿਰਮੋਹ, ਦੀਸਤ ਆਵਤ ਹੈ ਬਹੁਤ ਫੀ ਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਬਗੋਏ ਦੁਚਿੱਤਾ ਦੁਬਧਾ ਦੂਰ ਕਰਤੀ, ਪਿਤਾ ਮੈਨੇ ਤਰਾਂ ਅਥਿੱਤਾ ਮੈਨੇ ਪੂਜਨੀਕ ਪੀੜ ਨਿਪਿੱਤਾ, ਭਾਵ ਹੰਕਾਰ ਵਾਲਾ ਸੁਭਾਵ ਦੂਰ ਕਰ ਦਿੰਦੇ ਆ। ਮਾਤ ਲੋਕ ਪਾਤਾਲ ਜਿਣ ਸੁਰਗ ਲੋਕ ਵਿੱਚ ਹੋਏ ਅਥਿੱਤਾ। ਫਿਰ ਉਹਨਾਂ ਗੁਰਮੁਖ ਪਿਆਰਿਆਂ ਨੇ ਇਸ ਲੋਕ ਔਰ ਪਾਤਾਲ ਲੋਕ ਦੇ ਪਦਾਰਥਾਂ ਨੂੰ ਜਿੱਤ ਲਿਆ। ਸੁਰਗ ਲੋਕ ਦੇ ਪਦਾਰਥਾਂ ਨੂੰ ਵੀ ਚਾਰ ਦਿਨਾਂ ਦੇ ਪ੍ਰਾਹੁਣਾ ਜਾਣਦੇ ਆ, ਅਥਵਾ ਤਿੰਨਾਂ ਲੋਕਾਂ ਵਿੱਚ ਅਥਿੱਤਾ ਮੈਨੇ ਪੂਜ ਨਹੀਂ ਕਿਹਾ।
ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕਰ ਪਤ ਤੁਰਤਾ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਤ ਲੋਕ ਦੇ ਪਦਾਰਥਾਂ ਦੀ ਵਾਸ਼ਨ ਨੂੰ ਵੀ ਜਿੱਤ ਲਿਆ, ਸਵਰਗ ਲੋਕ ਦੇ ਪਦਾਰਥਾਂ ਨੂੰ ਪ੍ਰਾਹੁਣਿਆਂ ਵਾਂਗ ਜਾਣਦੇ ਆ, ਮਿੱਠਾ ਬੋਲ ਕੇ ਨਿਉਂ ਕੇ ਚੱਲਦੇ ਆ, ਹੱਥੋਂ ਦਾਨ ਦੇ ਕੇ ਪਾਪੀ ਜਿਹੜੇ ਲੋਕ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ। ਹੱਥੋਂ ਦੇ ਕੇ ਹੱਥੋਂ ਦਾਨ ਦਿੰਦੇ ਆ, ਪਾਪੀਆਂ ਨੂੰ ਪਵਿੱਤਰ ਕਰਦੇ। ਗੁਰਮੁਖ ਸੋ ਖੁੱਲ ਪਾਇਆ ਤੁਲ ਅਡੋਲ ਅਮੋਲ ਅਜਿੱਤਾ। ਭਾਈ ਸਾਹਿਬ ਜਿਹੜੇ ਗੁਰਮੁਖ ਜਨ ਨੇ ਤੁਲ ਅਡੋਲ ਅਮੋਲ ਅੰਮ੍ਰਿਤ ਦਾ ਜਿਹੜਾ ਸੁੱਖ ਫਲ ਇਹਨੂੰ ਪ੍ਰਾਪਤ ਕਰ ਲਿਆ। ਇਸ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਗੁਰਮੁਖ ਸੁੱਖ ਫਲ, ਮਤਲਬ ਆਤਮ ਫਲ ਨੂੰ ਪਾ ਲਿਆ। ਉਹ ਕਿਹੋ ਜਿਹਾ ਫਲ ਆ? ਅਤੋਲਿਆ ਅਡੋਲਿਆ ਅਮੋਲਿਆ ਅੰਮ੍ਰਿਤ ਪਦਾਰਥ ਆ, ਉਹਦੀ ਮਿੱਤ ਨਹੀਂ ਪਾਈ ਜਾਂਦੀ। ਸਾਧ ਸੰਗਤ ਮਿਲ ਪੀੜ ਨਾ ਪਿੱਤਾ, ਸਾਧ ਸੰਗਤ ਮਿਲ ਕੇ ਮਨ ਨੂੰ ਪੀੜ ਰਾਗ ਦੁਆ ਦਾ ਪਿੱਤਾ ਮੈਨੂੰ ਇਹਨੂੰ ਕੱਢ ਦਿੰਦੇ ਆ, ਭਾਵ ਨਿਰਹੰਕਾਰ ਕਰਕੇ ਮਨ ਨੂੰ ਸ਼ੁੱਧ ਪਵਿੱਤਰ ਬਣਾ ਲੈਂਦੇ ਆ। ਪਿੱਤਾ ਮਨ ਦਾ ਪਿੱਤਾ ਕੱਢ ਦਿੰਦੇ, ਮਨ ਦਾ ਜਿਹੜਾ ਖੋਟ ਆ ਇਹਨੂੰ ਦੂਰ ਕਰਕੇ ਸ਼ੁੱਧ ਕਰ ਲੈਂਦੇ ਆ। ਪੰਜਵੀਂ ਪੌੜੀ, ਚਾਰ ਪਦਾਰਥ ਹੱਥ ਜੋੜ ਹੁਕਮੀ ਬੰਦੇ ਰਹਿਣ ਖੜੋਤੇ। ਚਾਰ ਪਦਾਰਥ ਧਰਮ ਅਰਥ ਕਾਮ ਮੁੱਖ ਜਿਹੜੇ ਇਹ ਗੁਰਮੁਖਾਂ ਦੇ ਅੱਗੇ ਚਾਰੇ ਹੱਥ ਜੋੜ ਕੇ ਹੁਕਮੀ ਬੰਦਿਆਂ ਨੂੰ ਖੜੋਤੇ ਰਹਿੰਦੇ ਆ। ਚਾਰੇ ਚੱਕ ਨਵਾਇਆ ਪੈਰੀ ਪੈ ਇੱਕ ਸੂਤ ਪਰੋਤੇ। ਜਿਸ ਪਰਮੇਸ਼ਰ ਨੇ ਇੱਕ ਸੂਤ ਮਰਜ਼ਾਦਾ 'ਚ ਸਾਰੇ ਸੰਸਾਰ ਨੂੰ ਪਰੋਇਆ, ਉਹਦੀ ਚਰਨ ਲੱਗ ਕੇ ਗੁਰੂ ਕੇ ਪਿਆਰਿਆਂ ਨੇ ਚੌਹਾਂ ਦੇਸ਼ਾਂ ਦੇ ਲੋਕਾਂ ਨੂੰ ਨਵਾ ਲਿਆ, ਝੁਕਾ ਲਿਆ। ਪਰੋਤੇ ਮੈਨੇ ਪਰੋਇਆ ਵੇਦ ਨ ਪਾਇਨ ਭੇਦ ਕਿਹੋ, ਪੜ ਪੜ ਪੰਡਿਤ ਸੁਣ ਸੁਣ ਸਰੋਤੇ। ਭਾਈ ਗੁਰਦਾਸ ਸਾਹਿਬ ਵੇਦਾਂ ਨੇ ਵੀ ਕੁਝ ਭੇਦ ਨਹੀਂ ਜਾਣਿਆ, ਪੰਡਿਤ ਲੋਕ ਪੜ ਪੜ ਕੇ ਅਤੇ ਸਰੋਤੇ ਸੁਣ ਸੁਣ ਕੇ ਥੱਕ ਗਏ ਆ। ਚੌਂ ਯੁੱਗ ਅੰਦਰ ਜਾਗਦੀ ਓਤ ਪੋਤ, ਮਿਲ ਜਗ ਮਗ ਜੋਤੇ। ਪਰਮੇਸ਼ਰ ਦੀ ਜਿਹੜੀ ਪ੍ਰਕਾਸ਼ਮਈ ਜੋਤ ਉਹ ਜਗਮਗ ਜਗਮਗ ਕਰਕੇ ਤਾਣੇ ਪੇਟੇ ਵਾਂਗ ਮਿਲ ਕੇ ਚੌਹਾਂ ਯੁਗਾਂ ਦੇ ਵਿੱਚ ਜਾਗ ਰਹੀ, ਆਪਣਾ ਪ੍ਰਕਾਸ਼ ਦੇ ਰਹੀ ਹੈ। ਚਾਰ ਵਰਨ ਇੱਕ ਵਰਨ ਹੋਏ ਗੁਰਸਿੱਖ, ਬੜੀਆਂ ਗੁਰਮੁਖ ਗੋਤੇ। ਚੌਹਾਂ ਵਰਨਾਂ ਤੋਂ ਇੱਕ ਵਰਨ ਹੋ ਕੇ ਜਿਹੜੇ ਗੁਰਸਿੱਖ ਆ ਆਪਣੇ ਗੁਰੂ ਦੇ ਗੋਤਰ ਸਿੱਖ ਧਰਮ ਵਿੱਚ ਮਿਲ ਕੇ ਬੈਠਦੇ ਆ। ਗੁਰਸਿੱਖ ਬੜੀਆਂ ਗੁਰਸਿੱਖ ਜਿਹੜੇ ਆ ਉਹ ਫਿਰ ਗੁਰਮੁਖ ਗੋਤੇ ਗੁਰਮੁਖ ਗੋਤਰੀ ਬਣ ਕੇ ਸਿੱਖ ਧਰਮ 'ਚ ਮਿਲ ਕੇ ਬੈਠਦੇ ਆ। ਗੁਰਸਿੱਖ ਆਪਣੇ ਗੋਤਰ ਕੀ ਸਿੱਖ ਧਰਮ 'ਚ ਮਿਲ ਕੇ ਬੈਠਦੇ, ਆ ਕੇ ਸੰਗਤ 'ਚ ਵੜ ਜਾਂਦੇ ਆ। ਧਰਮਸਾਲ ਵਿੱਚ ਬੀਜ ਦੇ ਕਰ ਗੁਰਪੁਰਬ ਸੋ ਬਣ ਸੋਤੇ। ਗੁਰਸਿੱਖ ਜਿਹੜੇ ਧਰਮਸਾਲਾਂ ਦੇ ਵਿੱਚ ਗੁਰੂ ਦੇ ਗੁਰਪੁਰਬਾਂ ਨੂੰ ਮਨਾ ਕੇ ਲਾਹੇ ਵਾਲਾ ਵਪਾਰ ਦਾ ਬੀਜ ਬੀਜਦੇ ਆ। ਸੂਤ ਮੈਨੇ ਮਰਜ਼ਾਦਾ, ਬਣ ਜੱਸੋ ਉੱਤੇ ਆਏਗਾ। ਧਰਮਸਾਲਾਂ ਵਿੱਚ ਗੁਰਪੁਰਬਾਂ ਨੂੰ ਕਰਕੇ ਸਫਲਾ ਸੋਤੇ ਮੈਨੇ ਸਫਲਾ ਵਣਜ ਵਪਾਰ ਕਰਦੇ ਆ। ਸਾਧ ਸੰਗਤ ਮੇਰੇ ਦਾਦੇ ਪੋਤੇ, ਸਾਧ ਸੰਗਤ ਦੇ ਵਿੱਚ ਦਾਦੇ ਪੋਤੇ ਮਿਲਦੇ, ਭਾਵ ਸਿੱਖਾਂ ਪੁੱਤਾਂ ਭਾਈਆਂ ਦਾ ਇੱਕੋ ਜਿਹਾ ਪਿਆਰ ਆ। ਪੌੜੀ ਛੇਵੀਂ, ਕਾਮ ਕ੍ਰੋਧ ਅਹੰਕਾਰ ਸਾਧ ਲੋ ਮੋਹ ਕੀ ਜੋਹ ਮਟਾਈ, ਜੋ ਮੈਨੇ ਤਾੜ ਤੱਕਣੀ। ਭਾਈ ਸਾਹਿਬ ਕਹਿੰਦੇ ਕਾਮ ਕ੍ਰੋਧ ਲੋ ਮੋਹ ਅਹੰਕਾਰ ਇਹਨਾਂ ਨੂੰ ਸਾਧ ਕੇ ਲੋ ਮੋਹ ਦੀ ਜਿਹੜੀ ਜੋਹ ਸੀ ਭੈੜੀ ਨਜ਼ਰ ਸੀ ਮੋਹ ਦੀ ਤਾੜਨਾ ਮਿਟਾ ਦਿੱਤੀ ਹੈ।
दोग ते मोरी जिहड़ी ताड़ना उह मिटा दित्ती है। ताक मैंने ताड़ना जो मैंने ताड़ना। सत संतोख दया धर्म अर्थ समर्थ सो गर्भ समाई। सत संतोख दया धर्म अर्थ की जिहड़ी श्रेष्ठ समर्था समा रही है, भाव कि पंजे गुण सदा पूर्ण रहिंदे है। सत संतोख दया धर्म के विचार की जिहड़ी श्रेष्ठ समर्था सी वह हिरदे दे विच समा गई है। सो गर्भ मैंने समर्था वह समा गई है। पंचे तत्व उलंघिया पंज शब्द बजी बात आई। गुरु पंजां तो लंघ के उन्होंने हिरदे विच पंज शब्दों की बधाई बज रही, भाव खुशी जिहड़ी है प्रगट हो रही है। इन्हां ते कोई तत्तां दा बल नहीं पैंदा, पंजे शब्दां दी बधाई जिहड़ी है वह बज रही है। पंजे मुद्रां बस कर पंचायण होए देश दुहाई। फिर भाई गुरदास साहब कहिंदे आ कि उन्हां ने पंजे मुद्रां जोग माधियां खेचरी पूचरी चाचरी उनमने पुचंगमी ये बस कर लिया, और पंज ज्ञान इंद्रियां इसलिए पंचायन श्रोमणी पंच हो के देश विखे इन्हां दी दुहाई मिल रही है, भावे प्रसिद्ध हो गया। पंजे मुद्रा वालों मन नूं बस कर लिया, पंचायन मैंने परपकारी हो के देश च दुहाई दित्ती है। परमेश्वर है पंज मिल लेख लेखना किवें दुपाई। परमेश्वर ने मिलिया परमात्मा का मिलाप हुंदा। पंजां दे मिलिया पर परमात्मा का मिलाप हुंदा। परमात्मा लेखे तो अलेख है, उहदी किसी ने कीमत नहीं पाई। परमेश्वर है पंज मिल, पंजां दे मिलिया परमात्मा का मिलाप हुंदा। परमात्मा लिखित हो लिखे उहदी किसी ने कीमत नहीं पाई, क्योंकि पवित्र पंज गुण मिल जाण हिरदा शुद्ध हो जाए तो परमेश्वर की नेड़ता हो जाती है। सत संतोख दया धर्म धीर यादक जिहड़े हैगे आ ये पंजे गुण प्राप्त हो जाण। पंज मिले परपंच तज आना शब्द सुरत लिवलाई। लेखे तो अलेख है, उसकी कीमत नहीं पाई जाती। गुरमुखा ने संसार के परपंचा बलों छलों को त्याग दिता और उन्होंने पंजा प्रभु के प्यारों का जरा मेल प्राप्त हो गया, और अनहद शब्द जी सुरती की लेव्या उन्होंने लाई है। एक सिख दो साध संघ पंजी परमेश्वर। अनहद शब्द अनह शब्द विच सुरत लिव लाई। अनह शब्द विच उन्होंने अपनी सुरती विरती लिव नूं ला लिया। साध संगत सोहन गुरपाई। इस तरह साध संगत गुरसिख जिहड़े गुरपाई बन के शोभा पाउंदे आ। सतवीं पौड़ी छे दर्शन तरसन कणे गुरमुख सतगुर दर्शन पाया। भाई साहब कहिंदे जिहड़े छे दर्शन योगी जंगम आदि घने तरसते हैं, सतगुरु नानक देवी का किमें दर्शन प्राप्त होवे। छे शास्त्र समझावने गुरमुख गुर उपदेश दिलाया। फिर भाई साहब कहिंदे आ छे शास्त्र उन्हां दे पाठी छे शास्त्र समझावने छे शास्त्रां दे पाठी संसारक समझावणियां दिंदे आ, पर गुरमुखां ने सतगुरु दे उपदेश नूं भाई साहिब कहिंदे दृढ़ कीता। छे
ਛੇ ਨਾਦ ਬੇਸਮਾਦ ਵਿੱਚ ਗੁਰਮਤਿ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰੇ ਨੂੰ ਜਿਹੜਾ ਸ਼ਬਦ ਸੁਣਾਇਆ ਉਹਨੂੰ ਛੇ ਰਾਗਾਂ ਦੇ ਗਾਉਣ ਵਾਲੇ ਵੀ ਸੁਣ ਕੇ ਹੈਰਾਨ ਹੋ ਰਹੇ ਆ। ਛੇ ਰੁੱਤੀ ਕਰ ਵਰਤਮਾਨ ਸੂਰਜ ਇੱਕ ਚਲਤ ਵਰਤਾਇਆ। ਭਾਈ ਸਾਹਿਬ ਕਹਿੰਦੇ ਵੀ ਛੇ ਰੁੱਤਾਂ ਜਿਹੜੀਆਂ ਸੰਸਾਰ 'ਚ ਵਰਤ ਰਹੀਆਂ ਉਹਨਾਂ 'ਚ ਇੱਕੋ ਸੂਰਜ ਦਾ ਕੌਤਕ ਜਿਹੜਾ ਵਰਤ ਰਿਹਾ ਭਾਵ ਪਰਮਾਤਮਾ ਸਾਰਿਆਂ 'ਚ ਇੱਕ ਸਮਾਨ ਵਰਤ ਰਿਹਾ। ਛੇ ਰਾਤ ਸਾਵ ਨਾ ਪਾਏ ਨੇ ਗੁਰਮੁਖ ਸੋ ਗੁਰ ਪਿਰਮ ਚਖਾਇਆ। ਭਾਈ ਸਾਹਿਬ ਕਹਿੰਦੇ ਆ ਗੁਰਮੁਖ ਜਨਾਂ ਨੇ ਜਿਹੜਾ ਪ੍ਰੇਮ ਰੂਪ ਸੁੱਖ ਫਲ ਚਖਿਆ ਉਸ ਵਰਗਾ ਸਵਾਦ ਛੇ ਰਸਾਂ ਦੇ ਪਦਾਰਥਾਂ 'ਚੋਂ ਨਹੀਂ ਪ੍ਰਾਪਤ ਹੁੰਦਾ। ਛੇ ਰਸ ਸਾਵ ਨਾ ਪਾਏ ਨੇ ਸਾਵ ਮੈਨੇ ਸਵਾਦ ਨਹੀਂ ਪਾਉਂਦੇ। ਜਤੀ ਸਦੀ ਚਿਰ ਜੀਵਨੇ ਚੱਕਰ ਵਰਤ ਹੋਏ ਮੋਹੇ ਮਾਇਆ। ਜਤੀ ਸਦੀ ਚਿਰ ਜੀਵਨੇ ਲੰਮੀਆਂ ਉਮਰਾਂ ਵਾਲੇ ਚੱਕਰਵਰਤੀ ਰਾਜੇ ਸਭ ਮਾਇਆ ਦੇ ਮੋਹ ਵਿੱਚ ਮੋਹੇ ਹੋਏ ਹੈ। ਸਾਧ ਸੰਗਤ ਮੇਰੇ ਸਹਿਜ ਸਮਾਇਆ ਘਣੇ ਮੈਨੇ ਬਹੁਤ ਸਵਾਦ ਮੈਨੇ ਸਵਾਦ। ਸਾਧ ਸੰਗਤ 'ਚ ਮਿਲਣ ਵਾਲੇ ਜਿਹੜੇ ਗੁਰਮੁਖ ਪਿਆਰੇ ਆ ਉਹ ਸਹਿਜ ਪਦ ਦੇ ਵਿੱਚ ਸਮਾ ਗਏ ਆ। ਅੱਠਵੀਂ ਪੌੜੀ ਗੁਰਸਿੱਖ ਦੇ ਬਾਰੇ ਸੱਤ ਸਮੁੰਦਰ ਸਮਾਇਲ ਹੈ ਭਵ ਜਲੰਧਰ ਰਹੇ ਨਿਰਾਲਾ। ਸੱਤ ਸਮੁੰਦਰ ਪੰਜ ਗਿਆਨ ਇੰਦਰੇ ਮਨ ਅਤੇ ਬੁੱਧੀ ਇਹਨਾਂ ਨੂੰ ਜਿਨ੍ਹਾਂ ਨੇ ਬਸ ਵਿੱਚ ਕਰ ਲਿਆ ਉਹ ਸੰਸਾਰ ਸਮੁੰਦਰ ਵਿੱਚ ਨਿਰਲੇਪ ਰਹਿੰਦੇ ਆ। ਨਿਰਾਲਾ ਮੈਨੇ ਨਿਰਲੇਪ ਸਮਾਏ ਮੈਨੇ ਥਾ ਬ੍ਰਹਿਮੰਡ ਮੈਨੇ ਸੰਸਾਰ ਸੰਭਾਲਾ ਮੈਨੇ ਸੰਭਾਲਿਆ। ਸੱਤੇ ਦੀਪਾਂ ਹਨੇਰਾ ਹੈ ਗੁਰਮੁਖ ਦੀਪਕ ਸ਼ਬਦ ਉਜਾਲਾ। ਇਹ ਸੱਤੇ ਦੀਪਾਂ 'ਚ ਗਿਆਨ ਦਾ ਹਨੇਰਾ ਵਰਤ ਲਿਆ। ਗੁਰਮੁਖਾਂ ਦੇ ਵਿੱਚ ਸ਼ਬਦ ਦੀਪ ਦਾ ਉਜਾਲਾ ਮੈਨੂੰ ਚਾਨਣ ਪ੍ਰਕਾਸ਼ ਰਹਿੰਦਾ ਹੈ। ਸੱਤੇ ਪੁਰੀਆਂ ਸੋਧੀਆਂ ਸਹਿਜ ਪੁਰੀ ਸੱਚੀ ਧਰਮਸ਼ਾਲਾ। ਸੱਤੇ ਪੁਰੀਆਂ ਸੱਤ ਭੂਮਿਕਾ ਨੂੰ ਸਾਧ ਕੇ ਸਹਿਜ ਪੂਰੀ ਸਾਧ ਸੰਗਤ ਰੂਪੀ ਸੱਚੀ ਧਰਮਸ਼ਾਲ ਬਣਾਈ। ਸਤਸੰਗਤ ਵਿੱਚ ਸਾਰੀਆਂ ਪੁਰੀਆਂ ਦਾ ਲੇਖਾ ਛੁੱਟ ਜਾਂਦਾ ਹੈ। ਸੱਚੇ ਇਹਨਾਂ ਨੂੰ ਸੋਧੀਆਂ ਸੱਤੇ ਪੁਰੀਆਂ ਸੱਤ ਭੂਮਿਕਾ ਨੂੰ ਸਾਧ ਕੇ ਸਹਿਜ ਪੂਰੀ ਸਾਧ ਸੰਗਤ ਰੂਪੀ ਸੱਚੀ ਧਰਮਸਾਲ ਬਣਾਈ ਹੈ। ਸੱਤੇ ਰੋਹਣ ਸੱਤ ਵਾਰ ਸਾਧੇ ਫੜ ਫੜ ਮੱਥੇ ਵਾਲਾ। ਭਾਈ ਸਾਹਿਬ ਕਹਿੰਦੇ ਫਿਰ ਸੱਤੇ ਰੋਹਣੀ ਆਦਿ ਜਿਹੜੇ ਨਛੱਤਰ ਆ ਸੱਤ ਵਾਰ ਸਿਰੋਂ ਫੜ ਕੇ ਸਾਧ ਲਏ ਆ ਭਾਵੇ ਨਾ ਕੋਈ ਬਲ ਨਹੀਂ ਪਾ ਸਕਦਾ ਵਹਿਮਾਂ ਭਰਮਾਂ ਤੋਂ ਪਾਰ ਹੋ ਗਿਆ। ਮੱਥੇ ਵਾਲਾ ਮੱਥੇ ਦੇ ਵਾਲਾਂ ਤੋਂ ਇਹਨਾਂ ਨੂੰ ਫੜ ਲਿਆ ਭਾਵ ਕਾਬੂ ਕਰ ਲਿਆ। ਨਛੱਤਰਾਂ ਦੇ ਬਾਰਾਂ ਦੀ ਜਿਹੜੀ ਮਨੌਤ ਉਹ ਛੱਡ ਦਿੱਤੀ ਹੈ। ਤ੍ਰੈ ਸੱਤੇ ਬ੍ਰਹਿਮੰਡ ਕਰ ਵੀ ਕੀ ਅਲੰਘ ਸੁਖਾਲਾ। ਇਹ ਭਾਈ ਸਾਹਿਬ ਕਹਿੰਦੇ ਆ ਗੁਰਮੁਖਾਂ ਨੇ ਤ੍ਰੈ ਸੱਤੇ ਇੱਕੀ ਪੁਰੀਆਂ ਦੇ ਜਿਹੜਾ ਬ੍ਰਹਿਮੰਡ ਨੂੰ ਲੱਗ ਕੇ ਵੀ ਕੀ ਦੀਆਂ ਗਿਣਤੀਆਂ ਨੂੰ ਛੱਡ ਕੇ ਸੁਖੀ ਹੋ ਗਿਆ। ਸੱਤੇ ਸੁਰ ਭਰਪੂਰ ਕਰ ਸੱਤੇ ਸੁਰ ਭਰਪੂਰ ਕਰ ਸਤੀ ਸਤੀ ਧਾਰੀ ਪਾਰ ਪਿਆਲਾ। ਵਾਹਿਗੁਰੂ ਆਖਦੇ ਸਤੀ ਧਾਰੀ ਪਾਰ ਪਿਆਲਾ। ਗੁਰਮੁਖ ਰਾਗਾਂ ਨੇ ਸੱਤ ਸੁਰਾਂ ਵੱਲੋਂ ਮਨ ਨੂੰ ਭਰਪੂਰ ਕਰਕੇ ਪਹਾੜ ਦੀਆਂ ਸੱਤ ਧਾਰਾਂ ਜਿਹੜੀਆਂ ਕਠਿਨ ਚੋਟੀਆਂ ਨੂੰ ਪਾਰ ਕਰ ਲਿਆ। ਪਾਰ ਪਿਆਲਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੀਆਂ ਸੱਤੇ ਪੁਰੀਆਂ ਸੀ ਹਾਂਜੀ ਸੱਤੇ ਸੁਰਾਂ ਸਾ ਰੇ ਗਾ ਮਾ ਪਾ ਦਾ ਨੀ ਇਹ ਸੱਤੇ ਸੁਰਾਂ ਨੂੰ ਨਾਮ ਨਾਲ ਲਵਾ ਲਵ ਕਰਕੇ ਸੱਤ ਧਾਰ ਪਹਾੜ ਤੋਂ ਭਾਵ ਸੱਤਾਂ ਮਤਾਂ ਤੋਂ ਪਾਰ ਪੈ ਗਏ।
ਕੀ ਜਾਣਦੇ। ਪਾਰ ਪਿਆਲਾ ਪਾਰ ਪੈ ਗਿਆ, ਸਾਧ ਸੰਗਤ ਗੁਰ ਸ਼ਬਦ ਸੰਭਾਲਾਂ। ਸਾਧ ਸੰਗ ਮਿਲ ਕੇ ਗੁਰੂ ਸ਼ਬਦ ਨੂੰ ਸੰਭਾਲਣਾ ਸਭ ਤੋਂ ਸ੍ਰੇਸ਼ਟ ਆ। ਨੌਵੀਂ ਪੌੜੀ, ਅੱਠ ਖੰਡ ਪਾਖੰਡ ਮਤ ਗੁਰਮਤ ਇੱਕ ਮਨ ਇੱਕ ਧਿਆਇ। ਅੱਠੇ ਖੰਡ ਜੋਗੀਆਂ ਦੇ, ਅਥਵਾ ਚਾਰ ਵਰਨ ਚਾਰ ਆਸਣ ਅੱਠ ਪੰਥ ਹੋ ਗਏ, ਪਖੰਡ ਦੇ ਵਿੱਚ ਫਸੇ ਹੋਏ ਆ। ਜਿਨ੍ਹਾਂ ਨੇ ਸਤਿਗੁਰਾਂ ਦੀ ਮਤ ਲੈ ਲਈ ਹੈ ਉਹ ਫੇਕ ਮਨ ਹੋ ਕੇ ਨਿਰੰਕਾਰ ਦਾ ਧਿਆਨ ਕਰਦੇ ਆ। ਖੰਡ ਹਿੱਸੇ, ਅਸ਼ਟ ਧਾਤ ਪਰਸ ਮਿਲੀ ਗੁਰਮੁਖ ਕੰਚਨ ਜੋਜਵਾ, ਜਿਹੜੇ ਹੱਥੇ ਧਾਤਾਂ ਜਿਹੜੀਆਂ ਪਾਰਸ ਨਾਲ ਮਿਲ ਗਈਆਂ, ਸੋਨੇ ਦੀ ਜੋਤ ਪ੍ਰਗਟ ਹੋਈ, ਭਾਵ ਕਿ ਅੱਠ ਪੰਥ ਗੁਰਮੁਖਾਂ ਦਾ ਇੱਕ ਰੂਪ ਹੋ ਗਿਆ। ਚਾਰ ਵਰਨ ਚਾਰ ਆਸ਼ਰਮ ਗੁਰੂ ਦਾ ਪਾਰਸ ਨਾਲ ਮਿਲ ਗਿਆ ਅਤੇ ਸੁਨਹਿਰੀ ਜੋਤ ਪ੍ਰਗਟ ਹੋ ਗਈ, ਗੁਰਮੁਖਾਂ ਦੇ ਪੰਥ ਦਾ ਪ੍ਰਕਾਸ਼ ਹੋ ਗਿਆ। ਕੰਚਨ ਜੋਤ ਜਗਾਇਆ, ਸੁਨਹਿਰੀ ਜੋਤ ਪ੍ਰਗਟ ਹੋ ਗਈ, ਸੁਨਹਿਰੀ ਜੋਤ ਨੂੰ ਜਗਾ ਦਿੱਤਾ। ਰਿੱਧ ਸਿੱਧ ਸਿੱਧ ਸਾਧਕਾਂ ਆਦਿ ਪੁਰਖਾਂ ਦੇ ਇਸ ਕਰਿਆ, ਸਤਿਗੁਰ ਸੱਚੇ ਪਾਤਸ਼ਾਹ ਰਿੱਧੀਆਂ ਸਿੱਧੀਆਂ ਵਾਲੇ ਜਿਹੜੇ ਸਿੱਧ ਸਾਧਕਾਂ ਨੂੰ ਅਕਾਲ ਪੁਰਖ ਦੇ ਨਮਸਕਾਰ ਕਰਨ ਵਾਲੇ ਸੇਵਕ ਦਾਸ ਬਣਾ ਦਿੱਤਾ। ਅੱਠੇ ਪੈਰ ਆਰਾਧੀਆ ਸ਼ਬਦ ਸੁਰਤ ਨੇ ਲੱਖ ਲਿਖਾਇਆ, ਗੁਰਮੁਖ ਬਾਰੇ ਅੱਠੇ ਪੈਰ ਪਰਮਾਤਮਾ ਦੀ ਆਰਾਧਨਾ ਕਰਕੇ ਸ਼ਬਦ ਵਿੱਚ ਆਪਣੀ ਲਿਵ ਸੁਰਤੀ ਬਿਰਤੀ ਨੂੰ ਲਾ ਕੇ ਉਹਨਾਂ ਨੂੰ ਅਲੱਖ ਪਰਮਾਤਮਾ ਦੀ ਲਖਤਾ ਹੋ ਗਈ ਜਾਣ ਲਿਆ। ਅਸ਼ਟਕੁਲੀ ਬੇ ਉਤਰੇ ਸਤਿਗੁਰ ਮਤ ਨਾ ਮੋਹੇ ਮਾਇਆ। ਭਾਈ ਸਾਹਿਬ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦੀ ਅੱਠ ਕੁਲੀ ਜਿਹੜੀ ਸੱਪਾਂ ਦੀ ਜ਼ਹਿਰ ਉਤਰ ਗਈ ਔਰ ਸਤਿਗੁਰਾਂ ਦੀ ਸਿੱਖਿਆ ਦੇ ਪ੍ਰਤਾਪ ਨਾਲ ਹੁਣ ਉਹਨਾਂ ਗੁਰਮੁਖਾਂ ਦਾ ਜਿਹੜਾ ਮਨ ਸੀ ਮਾਇਆ ਪਦਾਰਥਾਂ 'ਚ ਨਾ ਮੋਹੇ ਮਾਇਆ ਮੋਹੇ ਨਹੀਂ ਜਾਂਦੇ। ਮਨ ਸਾਧਨ ਸਾਧੀਏ ਗੁਰਮੁਖ ਸੁਖ ਫਲ ਸਾਧ ਸਦਾਇਆ ਸਦਾਇਆ। ਭਾਈ ਸਾਹਿਬ ਕਹਿੰਦੇ ਆ ਇਹ ਜਿਹੜਾ ਮਨ ਆ ਅਸਾਧ ਆ, ਬਸ 'ਚ ਨਹੀਂ ਆਉਂਦਾ। ਗੁਰਮੁਖਾਂ ਨੇ ਪ੍ਰੇਮਾ ਭਗਤੀ ਨੇ ਇਹਨੂੰ ਸਾਧ ਲਿਆ, ਕਾਬੂ ਕਰ ਲਿਆ ਅਤੇ ਸੁੱਖ ਫਲ ਪਾ ਲਿਆ। ਸਾਧ ਸੰਗਤ ਮੇਰੇ ਮਨ ਵਸਾਇਆ, ਸਾਧ ਸੰਗਤ ਵਿੱਚ ਆ ਕੇ ਇਹ ਜਿਹੜਾ ਮਨ ਆ ਕਾਬੂ ਦੇ ਵਿੱਚ ਆ ਗਿਆ। ਸਾਧ ਸਦਾਇਆ ਸਾਧਨਾ ਸਿੱਧ ਕੀਤੀ, ਅਸ਼ਟਕੁਲੀ ਅੱਠ ਕੁਲੀ ਸੱਪਾਂ ਦੀ ਬਿਖ ਭਾਵ ਅਹੰਕਾਰ ਆ ਜਿਹੜਾ ਦਸਵੀਂ ਪੌੜੀ ਨੌ ਪ੍ਰਕਾਰੀ ਭਗਤ ਕਰ ਸਾਧੈ ਨਵੇਂ ਦੁਆਰ ਗੁਰਮਤੀ। ਨੌ ਤਰ੍ਹਾਂ ਦੀ ਭਗਤੀ ਕਰਕੇ ਭਾਈ ਸਾਹਿਬ ਕਹਿੰਦੇ ਜਿਹੜੇ ਨੌ ਦਰਵਾਜ਼ੇ ਭਗਤ ਜਨ ਸਾਧ ਲੈਂਦੇ ਆ, ਭਾਵ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਪ੍ਰੇਮਾ ਭਗਤੀ ਦੁਆਰਾ ਸਾਧ ਲਿਆ। ਗੁਰਮੁਖ ਪ੍ਰੇਮ ਚਖਾਇਆ ਗਾਵੈ ਜੀਵ ਰਸਾਇਣ ਰੱਤੀ। ਗੁਰਮੁਖਾਂ ਜੀਵ ਜਿਹੜੀ ਹੈ ਪ੍ਰੇਮ ਰਸਾਇਣ ਵਿੱਚ ਰੱਤੀ ਹੋਈ, ਉਹ ਪਰਮਾਤਮਾ ਦਾ ਜਸ ਗਾਇਨ ਕਰ ਰਹੀ ਹੈ। ਨਵੀਂ ਖੰਡੀ ਜਨ ਆਇਆ ਰਾਜ ਯੋਗ ਜਿਣ ਸਤੀ ਸਤੀ। ਭਾਈ ਸਾਹਿਬ ਕਹਿੰਦੇ ਗੁਰਮੁਖ ਜਨਾਂ ਨੇ ਰਾਜ ਯੋਗ ਕਰਕੇ ਭਲੇ ਬੁਰੇ ਗੁਣਾਂ ਨੂੰ ਜਿੱਤ ਲਿਆ ਔਰ ਉਹਨਾਂ ਨੇ ਆਪਣੇ ਆਪ ਨੂੰ ਸੰਸਾਰ 'ਚ ਪ੍ਰਗਟ ਕਰ ਦਿੱਤਾ। ਜਣਾਇਆ ਮੈਨੇ ਪ੍ਰਗਟ ਕਰਨਾ। ਨੌ ਕਰ ਸਾਧਿਆ ਵਰਤਮਾਨ ਪਰਲੋ ਉਤਪੱਤੀ। ਭਾਈ ਸਾਹਿਬ ਕਹਿੰਦੇ ਫਿਰ ਗੁਰਮੁਖਨ ਨੌ ਗੋਲਕਾਂ ਵਾਲੇ ਨਵੇਂ ਘਰ ਸੰਸਾਰ 'ਚ ਤਿੰਨ ਕਾਲ ਜਿਹੜੇ ਭੂਤ ਪਿਖਤ ਵਰਤਮਾਨ ਹੋਰ ਵਰਤਮਾਨ ਪਰਲੋ ਅਤੇ ਜਿਹੜੀ ਉਤਪੱਤੀ ਹੈ ਇਹਨਾਂ ਨੂੰ ਵੀ ਸਿੱਧ ਕਰ ਲਿਆ। ਨਵਰੇ ਤੇ ਪਿਛ ਲੱਗਣੀ ਨਾਥ ਨਾਥ ਸਨਾਥ ਜੋਗਤੀ। ਭਾਈ ਸਾਹਿਬ ਕਹਿੰਦੇ ਫਿਰ ਇਹਨਾਂ ਗੁਣਾਕਾਰ ਗੁਰਮੁਖਾਂ ਦੇ ਪਿੱਛੇ ਨੌ ਨਿਧੀਆਂ ਲੱਗੀਆਂ ਫਿਰਦੀਆਂ, ਉਹ ਨਾਥਾਂ ਨਾਥਾਂ ਨੂੰ ਮੁਕਤ ਹੋਣ ਦੀ ਯੋਗਤੀ ਦੱਸਦੇ ਆ। ਪਿੱਛੇ ਲੱਗਣੀ ਪਿੱਛੇ ਲੱਗੀਆਂ ਫਿਰਦੀਆਂ
ਫਿਰ ਮੈਨੂੰ ਪ੍ਰੇਮ ਰਸਾਇਣ ਰਸ ਦਾ ਘਰ ਸਤੀ ਸਤੀ ਚੰਗੇ ਮੰਦੇ ਨੌ ਕਰ ਨੌ ਗੋਲਕ ਸਨ ਖੱਤੀ ਮੈਨੇ ਆਨੰਦ ਨਾਥ ਅਨਾਥ ਸਨਾਥ ਜੁਗਤੀ ਉਹ ਨਾਥ ਅਨਾਥਾਂ ਨੂੰ ਮੁੱਕ ਦੇਣ ਦੀ ਯੁਗਤੀ ਦੱਸਦੇ ਆ ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ ਨੌ ਗੋਲਕਾਂ ਵਿੱਚੋਂ ਜੀਭ ਦੀ ਜਿਹੜੀ ਗੋਲਕ ਜਿਹੜੀ ਮਿੱਠੀ ਕੌੜੀ ਠੰਡੀ ਤੱਤੀ ਹੁੰਦੀ ਹੈ ਸਾਧ ਸੰਗਤ ਗੁਰਮਤਿ ਸਣ ਖੱਤੀ ਭਾਈ ਸਾਹਿਬ ਦੇ ਸਾਧ ਸੰਗਤ ਗੁਰੂ ਦੀ ਸਿੱਖਿਆ ਲੈ ਕੇ ਸੁਹਾਗਵਤੀ ਹੋਈ ਹੈ ਉਹ ਜੀਵ ਗੁਰੂ ਦੇ ਸ਼ਬਦ ਦਾ ਜਾਪ ਕਰਕੇ ਆਨੰਦ ਨੂੰ ਮਾਣਦੀ ਹੈ ਸਣਖੱਤੀ ਮੈਨੇ ਸ੍ਰੇਸ਼ਟ ਸੁਹਾਗਣ ਹੋ ਗਈ ਹੈ ਰਸਨਾ ਰਾਮ ਰਸਾਇਣ ਮਾਤੀ ਗਿਆਰਵੀਂ ਪੌੜੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਗੁਰਮੁਖ ਪਿਆਰੇ ਪਰਾਈਆਂ ਇਹ ਇਸਤਰੀਆਂ ਨੂੰ ਦੇਖ ਕੇ ਮਾਵਾਂ ਭੈਣਾਂ ਧੀਆਂ ਦੇ ਸਮਾਨ ਜਾਣਦੇ ਆ ਉਹ ਸੂਰ ਉਸ ਗਾਏ ਹੈ ਪਰਤਨ ਹਿੰਦੂ ਮੁਸਲਮਾਨ ਪਰਾਇਆ ਤਨ ਉਹਦੇ ਲਈ ਉਸ ਹਿੰਦੂ ਲਈ ਗਾਂ ਦੇ ਮਾਸ ਖਾਣ ਤੋਂ ਲਿਆ ਅਤੇ ਮੁਸਲਮਾਨ ਲਈ ਸੂਰ ਦੇ ਮਾਸ ਖਾਣ ਦੇ ਬਰਾਬਰ ਹੈ ਉਹ ਸੂਰ ਉਸ ਗਾਏ ਪਰਤਨ ਹਿੰਦੂ ਮੁਸਲਮਾਨ ਹੈ ਜਿਹੜਾ ਪਰਾਇਆ ਤਨ ਉਹਦੇ ਵਾਸਤੇ ਐਸਾ ਦੱਸਿਆ ਪੁੱਤਰ ਕੁੱਤਰ ਕੁਟੰਬ ਦੇਖ ਮੋਹੇ ਮੋਹੇ ਨਾ ਤੋਹੇ ਤੰਗਾਣੇ ਤੰਗਾਣੇ ਮੈਨੇ ਤੱਕਾ ਅਹੂੰ ਮੇ ਹੰਕਾਰ ਰਲੀਆਂ ਖੁਸ਼ੀਆਂ ਭਾਈ ਸਾਹਿਬ ਕਹਿੰਦੇ ਪੁੱਤਰ ਇਸਤਰੀ ਪਰਿਵਾਰ ਨੂੰ ਦੇਖ ਕੇ ਮੋਤ ਨਾ ਹੋਵੇ ਨਾ ਕਿਸੇ ਨਾਲ ਧੋਖਾ ਅਤੇ ਜ਼ਬਰਦਸਤੀ ਧੱਕਾ ਹੀ ਕਰੇ ਤੰਗਾਣੇ ਮੈਨੇ ਧੱਕਾ ਨਾ ਕਰੇ ਉਸ ਤਾਂ ਨਿੰਦਾ ਕੰਨ ਸੁਣ ਆਪੋ ਬੁਰਾ ਨਾ ਆਖ ਸੰਭ ਖਾਣਾ ਉਸ ਤੋਂ ਨਿੰਦਿਆ ਸੁਣ ਕਿਸੇ ਨੂੰ ਆਪਣੇ ਨੂੰ ਬੁਰਾ ਨਾ ਕਥਨ ਕਰੇ ਵੱਡ ਪ੍ਰਤਾਪ ਨਾ ਆਪ ਗਾਣ ਕਰ ਅਹੰ ਮਿਉ ਨਾ ਕਿਸੇ ਰਹੀ ਜਾਣੇ ਆਪਣੇ ਵੱਡੇ ਪ੍ਰਤਾਪ ਵਾਲਾ ਨਾ ਜਾਣੇ ਨਾ ਹੀ ਹੰਕਾਰ ਕਰਕੇ ਕਿਸੇ ਨੂੰ ਰਹੀ ਜਾਣੇ ਮੈਨੇ ਦੁੱਖ ਦੇਵੇ ਗੁਰਮੁਖ ਸੁਖਲ ਪਾਇਆ ਰਾਜ ਯੋਗ ਰਸ ਰਲੀਆਂ ਮਾਣੇ ਭਾਈ ਸਾਹਿਬ ਕਹਿੰਦੇ ਐਸੇ ਸ੍ਰੇਸ਼ਟ ਕਰਤੱਬ ਕਰਨਾ ਗੁਰਮੁਖਾਂ ਨੇ ਸੁੱਖ ਵੱਲ ਦੀ ਪ੍ਰਾਪਤੀ ਹੁੰਦੀ ਔਰ ਰਾਜਯੋਗ ਆਨੰਦ ਅਤੇ ਖੁਸ਼ੀਆਂ ਨੂੰ ਮਾਣਦਾ ਉਹ ਸਾਧ ਸੰਗਤ ਵਿੱਚੋਂ ਕੁਰਬਾਨ ਭਾਈ ਸਾਹਿਬ ਕਹਿੰਦੇ ਅਸੀਂ ਸਾਧ ਸੰਗਤ ਤੋਂ ਬਲਿਹਾਰ ਜਾਂਦੇ ਹਾਂ ਜਿੱਥੇ ਜਾ ਕੇ ਉੱਤਮ ਦਾਤਾਂ ਪ੍ਰਾਪਤ ਹੁੰਦੀਆਂ ਬਾਰ੍ਹਵੀਂ ਗੁਰਮੁਖ ਪ੍ਰੇਮ ਚਖਾਇਆ ਭੁੱਖ ਨਾ ਖਾਣ ਪੀਣ ਨਾ ਪਾਣੀ ਗੁਰਮੁਖਾਂ ਨੇ ਪਰਮਾਤਮਾ ਦੇ ਪ੍ਰੇਮ ਰਸ ਨੂੰ ਚੱਖਿਆ ਇਸ ਲਈ ਉਹਨਾਂ ਨੂੰ ਅੰਨ ਪਾਣੀ ਦੇ ਖਾਣ ਪੀਣ ਦੀ ਭੁੱਖ ਤ੍ਰਿਸ਼ਨਾ ਰਹਿੰਦੀ ਨੇ ਭੁੱਖ ਨਾਮ ਤ੍ਰਿਸ਼ਨਾ ਦਾ ਚਖਾਇਆ ਨਾਮ ਚੱਖਣ ਦਾ ਖਾਣ ਦਾ ਸਭ ਸੁਰਤ ਨੀਂਦ ਉਗੜੀ ਜਾਗਦਿਆਂ ਸੁਖ ਰਹਿਣ ਬਿਹਾਣੀ ਉਹਨਾਂ ਗੁਰਮੁਖ ਪਿਆਰਿਆਂ ਦੇ ਸ਼ਬਦ ਵਿੱਚ ਸੁਰਤ ਲੱਗਣ ਕਰਕੇ ਅਗਿਆਨ ਦੀ ਜਿਹੜੀ ਨੀਂਦ ਹੈ ਉਹ ਨਾਸ ਹੋ ਗਈ ਉਹਨਾਂ ਦੀ ਜਾਗਦਿਆਂ ਅਵਸਥਾ ਰੂਪੀ ਰਾਤ ਜਿਹੜੀ ਸੁੱਖ ਨਾਲ ਬਤੀਤ ਹੁੰਦੀ ਹੈ ਬਿਹਾਣੀ ਮੈਨੇ ਬੀਤਦੀ ਹੈ ਨੀਂਦ ਦਾ ਉਗੜਨਾ ਨੀਂਦ ਦਾ ਨਾਸ ਹੋ ਜਾਣਾ ਸਾਹਿਬ ਦੇ ਸੋਹਣੇ ਮਹਿਲਾ ਪੜ ਪਰਵਾਨ ਪੁਰਾਣੇ ਸਾਹਿਬ ਦੇ ਮੈਨੇ ਗਾਨਾ ਬੱਧੇ ਹਾਲਤ ਪਾਲਤ ਲੋਕ ਪਰ ਲੋਕ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਉਹਨਾਂ ਗੁਰਮੁਖ ਸੁਨਾਥ ਮਹਿੰਦੇ ਉਹਨਾਂ ਕਰਤਾਰਥ ਹੋ ਜਾਣਾ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਸਾਹੇ ਵਧੇ ਸੁਖ ਦੇ ਗਾਨਾ ਵਧੇ ਲਾੜੇ ਜਿਹੜੇ ਮੈਲਾ ਪੜ ਮੈਲੇ ਕੱਪੜੇ ਰੱਖਦੇ ਆ ਮਾਈਆਂ ਪਏ ਦੇ ਕੱਪੜੇ ਮੈਲੇ ਹੁੰਦੇ ਆ ਮਾਈਆਂ ਪਏ ਦੇ ਕੱਪੜੇ ਮੈਲੇ ਹੁੰਦੇ ਨਾ ਗਾਨੇ ਵਧੇ ਹੋਏ ਆ ਲਾੜੇ ਵਾਂਗ ਸੋਭਦੇ ਆ ਭਾਵ ਮੈਲਾ ਬੇਸ ਵੀ ਰੱਖਣ ਫਿਰ ਵੀ ਸਾਰੇ ਪ੍ਰਾਣੀਆਂ ਨੂੰ ਪ੍ਰਵਾਨ ਆ ਦਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ
ਚੱਲਣ ਜਾਣ ਸੁਜਾਣ ਹੋਏ ਜਗ ਮਹਿਮਾਨ ਆਏ ਮਹਿਮਾਨੇ। ਉਹ ਪ੍ਰਾਣੀ ਪ੍ਰਵਾਨ ਹੋ ਗਿਆ, ਗਿਆਨ ਬਣ ਜਾ, ਚੱਲਣਾ ਜਾਣਦੇ ਆ ਕਿ ਸੰਸਾਰ ਦੀ ਪ੍ਰਾਹੁਣਚਾਰੀ ਵਿਖੇ ਪ੍ਰਾਹੁਣੇ ਹੋ ਕੇ ਆਏ ਆ, ਮਹਿਮਾਨੀ ਮੈਨੇ ਮਹਿਮਾਨ ਪ੍ਰਾਹੁਣੇ, ਮਹਿਮਾਨੇ ਪ੍ਰਾਹੁਣਚਾਰੀ। ਸੱਚ ਚੱਲਣ ਜਾਣ ਸਜਾਣ ਹੋਏ, ਚੱਲਣਾ ਜਾਣਦੇ ਆ, ਸਜਾਣ ਚਤੁਰ ਹੈਗੇ ਆ, ਸਜਾਣ ਮੈਨੇ ਗਿਆਨਵਾਨ, ਚੱਲਣਾ ਜਾਣਦੇ ਆ ਕਿ ਸੰਸਾਰ 'ਤੇ ਸਦਾ ਨਹੀਂ ਰਹਿਣਾ। ਸੱਚ ਬਣ ਜੇ ਖੇਪ ਲੈ ਚੱਲੇ ਗੁਰਮੁਖ ਗਾਡੀ ਰਾਹ ਨੇ ਸੁਣੇ। ਭਾਈ ਗੁਰਦਾਸ ਕਹਿੰਦੇ ਆ ਸੱਚੇ ਬਣ ਦੀ ਖੇਪ ਪੂੰਜੀ ਨੂੰ ਲੈ ਕੇ ਚੱਲਦੇ ਆ। ਗੁਰਮੁਖਾਂ ਦੀ ਗਾਡੀ ਰਾਹ ਦੀ ਇਹੋ ਹੀ ਨਿਸ਼ਾਨੀ ਹੈ, ਇਹ ਸੱਚ ਅਤੇ ਪਰਪੱਕ ਹੁੰਦੇ ਆ। ਹਲਤ ਪਲਤ ਮੁੱਖ ਜਿਹੜੇ ਗੁਰਸਿੱਖ ਗੁਰਸਿੱਖਾਂ ਮਨ ਭਾਣੇ, ਲੋਕ ਪਲੂ ਨਾ ਮੁਖੜੇ ਉਜਲ ਪਵਿੱਤਰ ਹੁੰਦੇ ਆ, ਕਿਉਂਕਿ ਗੁਰਸਿੱਖਾਂ ਦੇ ਮਨ ਵਿੱਚ ਗੁਰਸਿੱਖੀ ਭਾਣੀ ਪਾ ਗਈ ਆ, ਪਿਆਰੀ ਲੱਗਦੀ ਹੈ, ਸਾਧ ਸੰਗਤ ਵਿੱਚ ਅਕਥ ਸਹਾਨ। ਭਾਈ ਸਾਹਿਬ ਕਹਿੰਦੇ ਆ ਸਾਧ ਸੰਗਤ 'ਚ ਉਸ ਅਕਥਨੀ ਹੈ ਪਰਮਾਤਮਾ ਦੀ ਕਹਾਣੀ ਕਥਾ ਹੁੰਦੀ ਹੈ, ਔਰ ਸਾਧ ਸੰਗਤ ਉਹਦਾ ਜਸ ਹੁੰਦਾ ਹੈ। 13ਵੀਂ ਕੋਲ ਹੋਮੇ ਗਰਬਨ ਵਾਰੀਆ ਗੁਰੂ ਹਿਰਦਾ ਗਰੀਬੀ ਆਵੇ, ਗਰਬ ਹੰਕਾਰ ਗੁਰਮੁਖ ਲੋਕਾਂ ਨੇ ਹਿਰਦੇ ਗਰੀਬੀ ਦਾ ਨਿਵਾਸ ਹੋਇਆ, ਕਿਉਂਕਿ ਹੋਮੇ ਦੇ ਹੰਕਾਰ ਨੂੰ ਉਹ ਦੂਰ ਕਰ ਦਿੰਦੇ ਆ, ਨਿਵਾਰੀ ਮੈਨੂੰ ਨਿਵਿਰਤ ਕਰ ਦਿੰਦੇ ਆ, ਗਰਬ ਮੈਨੇ ਹੰਕਾਰ। ਗਿਆਨਮਤੀ ਕਰ ਚਾਨਣਾ ਪਰਮਾਂ ਅਗਿਆਨਾਂ ਦੇ ਮਿਟਾਵੇ, ਗਿਆਨ ਦੀ ਸਿੱਖਿਆ ਕਰਕੇ ਉਹਨਾਂ ਦੇ ਹਿਰਦਿਆਂ ਵਿੱਚ ਪ੍ਰਕਾਸ਼ ਹੋ ਗਿਆ, ਅਗਿਆਨਤਾ ਅਤੇ ਭਰਮ ਦਾ ਹਨੇਰਾ ਮਿਟ ਗਿਆ। ਹੋਏ ਨੂੰ ਮਾਣਾ ਢਹਿ ਪਵੇ, ਦਰਗਾਹ ਮਾਣ ਨਮਾਉਣਾ ਪਵੇ। ਭਾਈ ਸਾਹਿਬ ਨੇ ਜਿਹੜਾ ਗੁਰਮੁਖ ਨਮਾਣਾ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਢਹਿ ਪਿਆ, ਉਹ ਪਰਮਾਤਮਾ ਦੀ ਦਰਗਾਹ 'ਚ ਮਾਣ ਪਾਉਂਦਾ। ਖਸਮੇ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੇ, ਪਰਮਾਤਮਾ ਨੂੰ ਉਹੀ ਜੀਵ ਚੰਗਾ ਲੱਗਦਾ ਪਾਉਂਦਾ ਜਿਹਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ। ਭਾਣਾ ਪਾਵੇ, ਭਾਣਾ ਚੰਗਾ ਲੱਗਦਾ, ਭਾਣਾ ਮੰਨੇ ਮੰਨੀਆ, ਆਪਣਾ ਭਾਣਾ ਆਪ ਮਨਾਵੇ। ਭਾਈ ਸਾਹਿਬ ਕਹਿੰਦੇ ਆ ਜਿਹੜਾ ਪੁਰਸ਼ ਪਰਮਾਤਮਾ ਭਾਣਾ ਮੰਨੇ ਤਾਂ ਉਹ ਮੰਨਿਆ ਜਾਂਦਾ, ਅਕਾਲ ਪੁਰਖ ਆਪਣਾ ਭਾਣਾ ਆਪੇ ਹੀ ਮਨਾਉਂਦਾ ਆ। ਜਿਹਨੇ ਭਾਣਾ ਮੰਨਿਆ ਉਹਨੂੰ ਸਾਰਾ ਸੰਸਾਰ ਮੰਨਦਾ। ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹਿ ਲਾ ਦਾਵੇ। ਭਾਈ ਸਾਹਿਬ ਕਹਿੰਦੇ ਦੁਨੀਆਂ 'ਚ ਪਰਾਹੁਣਾ ਬਣ ਕੇ ਰਹੇ, ਸਾਰੇ ਦਾਵੇ ਜਿਹੜੇ ਮੇਰਾ ਛੱਡ ਦੇਵੇ, ਬੇਦਾਵਾ ਹੋ ਕੇ ਰਹੇ। ਦਾਵੇ ਮੰਨੇ ਦਾਵੇ ਤੋਂ ਬਿਨਾਂ, ਲਾ ਦਾਵੇ ਦਾਵੇ ਤੋਂ ਬਿਨਾਂ। ਸਾਧ ਸੰਗਤ ਮਿਲ ਹੁਕਮ ਘੁਮਾਵੇ। ਭਾਈ ਸਾਹਿਬ ਕਹਿੰਦੇ ਗੁਰਸਿੱਖ ਪਿਆਰੇ ਸਾਧ ਸੰਗਤ ਮਿਲ ਕੇ ਗੁਰੂ ਦੇ ਹੁਕਮ ਦੀ ਸ਼ਬਦ ਦੀ ਕਮਾਈ ਕਰੇ, ਗੁਰੂ ਦੀ ਸਿੱਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰੇ। 14ਵੀਂ ਪੌੜੀ ਗੁਰ ਪਰਮੇਸ਼ਰ ਇੱਕ ਜਾਣ ਗੁਰਮੁਖ ਦੂਜਾ ਭਾਵ ਬਣਾਇਆ। ਗੁਰਮੁਖਾਂ ਨੇ ਪਰਮਾਤਮਾ ਅਤੇ ਗੁਰੂ ਨੂੰ ਇੱਕ ਰੂਪ ਜਾਣ ਕੇ ਦਵੈਤ ਭਾਵ ਦਾ ਨਾਸ ਕਰਤਾ ਮਿਟਾ ਦਿੱਤਾ। ਹੋਮੇ ਪਾਲ ਢਹਾਇਕ ਹੈ ਤਾਲ ਨਦੀ ਦਾ ਨੀਰ ਮਿਲਾਇਆ। ਉਹਨਾਂ ਗੁਰਮੁਖ ਪਿਆਰਿਆਂ ਨੇ ਹੋਮੇ ਦੀ ਜਿਹੜੀ ਪਾਲ ਵੱਟ ਸੀ ਨਾ ਪਈ ਹੋਈ, ਇਹਨੂੰ ਢਾ ਕੇ ਸਰੋਵਰ ਔਰ ਨਦੀ ਦੇ ਜਲ ਨੂੰ ਮਿਲਾ ਦਿੱਤਾ। ਨਦੀ ਕਿਨਾਰੇ ਦੋ ਫਲੀ ਇੱਕ ਦੂ ਪਾਰਾ ਵਾਰ ਨਾ ਪਾਇਆ। ਭਾਈ ਸਾਹਿਬ ਕਹਿੰਦੇ ਆ ਜਿਸ ਤਰ੍ਹਾਂ ਨਦੀ ਦੇ ਦੋਹਾਂ ਕੰਢਿਆਂ 'ਤੇ ਔਰਾਰ ਪਾਰ ਦਾ ਅੰਤ ਨਹੀਂ ਪਾਇਆ ਜਾਂਦਾ, ਇਸੇ ਤਰ੍ਹਾਂ ਜੀਵ ਅਤੇ ਈਸ਼ਵਰ ਦੀ ਏਕਤਾ ਹੋਣ ਕਰਕੇ ਕੋਈ ਪਛਾਣ ਨਹੀਂ ਰਹਿੰਦੀ। ਰੁੱਖੋਂ ਫਲ ਅਤੇ ਫਲੋਂ ਰੁੱਖ ਇੱਕ ਨਾਓ ਫਲ ਰੁੱਖ ਸਦਾਇਆ। ਭਾਈ ਸਾਹਿਬ ਕਹਿੰਦੇ ਦਰੱਖਤ ਤੋਂ ਫਲ, ਫਲ ਤੋਂ ਦਰੱਖਤ ਹੁੰਦਾ, ਬੀਜ ਵਿੱਚ ਹੁੰਦੇ, ਆਦਿ ਕਾਰਨ ਦਾ ਪਤਾ ਨਹੀਂ ਲੱਗਦਾ, ਬਿਰਛ ਦੇ ਫਲ ਦਾ ਨਾਂ ਇੱਕੋ ਹੀ ਰਹਿੰਦਾ। ਇੱਕ ਨਾ ਉਹ ਫਲ ਰੁੱਖ ਸਦਾਇਆ, ਇੱਕ ਨਾ ਫਲ ਵਾਲੇ ਰੁੱਖ ਨੇ ਸਦਾਇਆ। ਛੇ ਰੁੱਤੀ ਇੱਕ ਸੁੱਜ ਹੈ, ਸੁੱਜਿਆ ਸੁੱਜ ਨਾ ਹੋਰ ਦਿਖਾਇਆ। ਛਿਆਂ ਰੁੱਤਾਂ 'ਚ ਇੱਕੋ ਹੀ ਸੂਰਜ ਰਹਿੰਦਾ, ਸੂਰਜ ਨੂੰ ਕੋਈ ਹੋਰ ਸੂਰਜ ਪ੍ਰਕਾਸ਼ ਨਹੀਂ ਦਿੰਦਾ, ਸੂਰਜ ਨਾਮ ਸੂਰਜ ਦਾ। ਰਾਤੀ ਤਾਰੇ ਚਮਕਦੇ ਤੇ ਚੜ੍ਹਿਆ ਕਿ ਨਾ ਆਖ ਲੁਕਾਇਆ,
ਰਾਤ ਨੂੰ ਤਾਰੇ ਚਮਕਦੇ, ਦਿਨ ਚੜ੍ਹੇ ਨਾਲ ਉਹਨਾਂ ਨੂੰ ਕਿਸੇ ਨੇ ਲੁਕਾ ਦਿੱਤਾ, ਭਾਵ ਕਿ ਸੂਰਜ ਦੇ ਪ੍ਰਕਾਸ਼ ਆਪੇ ਹੀ ਛਿਪ ਜਾਂਦੇ ਆ। ਸਾਧ ਸੰਗਤ ਇੱਕ ਮਨ ਇੱਕ ਧਿਆ, ਭਾਈ ਸਾਹਿਬ ਗੁਰਮੁਖਾਣਾ ਸਾਧ ਸੰਗ ਜਾ ਕੇ ਇਕਾਗਰ ਮਨ ਹੋ ਕੇ ਇੱਕ ਪਰਮਾਤਮਾ ਨੂੰ ਧਿਆਇਆ, ਸੰਸੇ ਸਾਰੇ ਨਿਵਿਰਤ ਹੋ ਗਏ। 15ਵੀਂ ਪੌੜੀ, ਗੁਰਸਿੱਖ ਜੋਗੀ ਜਾਗਦੇ। ਗੁਰਸਿੱਖ ਜੋਗੀ ਜਿਹੜੇ ਆ ਲੋਕ ਆ ਸਦਾ ਜਾਗਦੇ ਆ, ਮਾਇਆ ਅੰਦਰ ਰਹਿ ਕੇ ਉਦਾਸ ਭਾਵ ਰੱਖਦੇ ਆ, ਸਾਵਧਾਨ ਵਿਚਾਰ ਵਿੱਚ ਰਹਿੰਦੇ ਆ। ਗੁਰਮੁਖਾਣੀ ਆ ਹੁਣ ਕਹਿੰਦੇ ਮੁੰਦਰਾਂ ਕਿਹੜੀਆਂ, ਕੰਨੀ ਮੁੰਦਰਾਂ ਮੰਤਰ ਗੁਰ ਸੰਤਾਂ ਧੂੜ ਬਭੂਤ ਸੁਲਾਸੀ। ਸੁਲਾਸੀ ਮੈਨੇ ਸ੍ਰੇਸ਼ਟ, ਪ੍ਰੇਮ ਪੱਤਰ, ਪ੍ਰੇਮ ਦਾ ਵਰਤਨ। ਭਾਈ ਸਾਹਿਬ ਕਹਿੰਦੇ ਆ ਖੇਮਾ ਦੀ ਖਿੰਥਾ ਖੱਫਣੀ ਹੰਢਾਉਂਦੇ ਆ, ਪ੍ਰੇਮ ਦੇ ਪਾਤਰ ਦੇ ਵਿੱਚ ਭਾਓ ਗਿਆਨ ਦੀ ਭੁਗਤ ਦਾ ਆਨੰਦ ਮਾਣਦੇ ਆ। ਬਲਾਸੀ ਮੈਨੇ ਆਨੰਦ, ਸ਼ਬਦ ਸੁਰ ਸਿੰਘੀ ਵਜਿਆ ਡੰਡਾ ਗਿਆਨ ਧਿਆਨ ਗੁਰਦਾ ਸੀ। ਗੁਰੂ ਦੇ ਸ਼ਬਦ ਦੀ ਸੁਰਤ ਦੀ ਸਿੰਘੀ ਵਜਾਉਂਦੇ ਆ, ਗਿਆਨ ਦਾ ਹੱਥ ਡੰਡਾ ਰੱਖਦੇ ਆ, ਧਿਆਨ ਗੁਰਦਾ ਸੀ। ਗੁਰੂ ਦੇ ਧਿਆਨ ਦੀ ਦਾਸੀ ਭੰਡਾਰਨ ਨਾਲ ਰਹਿੰਦੀ ਹੈ। ਸਾਧ ਸੰਗਤ ਗੁਰ ਗੁਫੈ ਮੈਂ ਬਹਿ ਕੈਸ ਮਾਤਾ ਗਾਧ ਨਿਵਾਸੀ। ਭਾਈ ਸਾਹਿਬ ਕਹਿੰਦੇ ਆ ਗੁਰੂ ਦੀ ਸੰਗਤ ਰੂਪੀ ਗੁਫਾ 'ਚ ਬੈਠ ਕੇ ਸਹਿਜ ਸਮਾਧ ਦੇ ਡੂੰਘੇ ਨਿਵਾਸੀ ਹੋ ਰਹੇ ਆ, ਭਾਵ ਕਿ ਚੌਥੀ ਭੂਮਿਕਾ 'ਚ ਮਸਤ ਰਹਿੰਦੇ ਆ, ਉੱਥੇ ਨਿਵਾਸ ਰੱਖਦੇ ਆ। ਹਉਮੈ ਰੋਗ ਅਰੋਗ ਹੋਏ ਕਰ ਸੰਜੋਗ ਬਜੋਗ ਖਲਾਸੀ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਹਉਮੈ ਦੇ ਰੋਗ ਤੋਂ ਰੋਗ ਹੋਇਆ, ਸੰਜੋਗ ਔਰ ਬਜੋਗ ਇਹ ਦੋ ਚੇਲੇ ਖਲਾਸੀ ਸੇਵਕ ਹੈ, ਸੰਯੋਗ ਅਤੇ ਵਿਯੋਗ ਤੋਂ ਛੁਟਕਾਰਾ ਪਾ ਗਿਆ, ਭਾਵ ਸੰਸਾਰ ਦੁਬੰਧਾਂ ਵਾਲੇ ਪਸਾਰੇ ਤੋਂ ਫਿਰ ਉਹ ਛੁੱਟ ਕੇ ਇੱਕ ਯਥਾਰਥ ਵਿੱਚ ਪਹੁੰਚ ਗਿਆ, ਸੱਚ ਨੂੰ ਪ੍ਰਾਪਤ ਕਰ ਲਿਆ। ਹਉਮੈ ਰੋਗ ਅਰੋਗ, ਹਉਮੈ ਦੇ ਰੋਗ ਤੋਂ ਅਰੋਗ ਹੋ ਗਏ, ਕਰ ਸੰਯੋਗ ਵਿਯੋਗ ਖਲਾਸੀ, ਸੰਯੋਗ ਅਤੇ ਵਿਯੋਗ ਤੋਂ ਛੁਟਕਾਰਾ ਪਾ ਗਏ, ਦੁਬੰਧਾਵਾਦ ਤੋਂ ਰਹਿਤ ਹੋ ਗਏ। ਸਾਧ ਸੰਗਤ ਗੁਰਮਤ ਸਾਬਸੀ। ਸਾਧ ਸੰਗਤ ਆ ਕੇ ਗੁਰੂ ਦੀ ਮਤ ਕਰਕੇ ਪੁਰਸ਼ ਨੂੰ ਸ਼ਾਬਾਸ਼ ਮਿਲਦੀ ਹੈ, ਪਰਮਾਤਮਾ ਦੀ ਪ੍ਰਸੰਨਤਾ ਮਿਲਦੀ ਹੈ। 16ਵੀਂ ਪੌੜੀ, ਲੱਖ ਪਰਮੇ ਲੱਖ ਵੇਦ ਪੜ੍ਹ ਨੇਤ ਨੇਤ ਕਰ ਕਰ ਸਭ ਥੱਕੇ। ਲੱਖਾਂ ਬ੍ਰਹਮੇ ਲੱਖਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਓੜਖ ਨੂੰ ਨੇਤ ਨੇਤ ਕਰਕੇ ਸਾਰੇ ਹਾਰ ਗਏ ਥੱਕ ਗਏ। ਮਹਾਂਦੇਵ ਦੂਤ ਲੱਖ ਯੋਗ ਧਿਆਨ ਉਣੀਂਦੇ ਅੱਗੇ। ਭਾਈ ਸਾਹਿਬ ਕੇ ਦੱਸਦੇ ਸ਼ਿਵ ਵਰਗੇ ਅਵਧੂਤ ਯੋਗੀ ਲੋਕ ਲੱਖਾਂ ਨੂੰ ਯੋਗ ਦੇ ਧਿਆਨ ਵਿੱਚ ਰਾਤ ਨੂੰ ਜਾਗਣ ਕਰਦੇ ਕਰਦੇ ਅੱਕ ਗਏ ਥੱਕ ਗਏ। ਹਉਮੈ ਰੋਗ ਰੋਗ ਹੋਏ ਕਰ ਸੰਜੋਗ ਬਜੋਗ ਖਲਾਸੀ। ਭਾਈ ਸਾਹਿਬ ਕਹਿੰਦੇ ਆ ਹਉਮੈ ਰੋਗ ਅਰੋਗ ਕਰ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨਾ ਦਾ ਸੀ ਗੁਰਮੁਖ ਜੋਗੀ ਸਦਾ ਗਿਆਨ ਜਾਗਰ ਜਾਗਦੇ ਆ, ਮਾਇਆ ਅਰਦਾਸ ਹੋ ਕੇ ਸਾਵਧਾਨ ਵਿਚਾਰ ਬਣ ਰਹਿੰਦੇ ਆ। ਕੰਨੀ ਮੁੰਦਰਾਂ ਮੰਤਰ ਗੁਰ, ਕੰਨਾਂ 'ਚ ਮੁੰਦਰਾਂ ਕਿਹੜੀਆਂ, ਗੁਰੂ ਦੇ ਮੰਤਰਾਂ ਦੀਆਂ ਕੰਨਾਂ 'ਚ ਮੁੰਦਰਾਂ ਧਾਰੀਆਂ ਆ। ਸੰਤਾਂ ਤੁਰ ਬਭੂਤ ਸੁਲਾਸੀ, ਔਰ ਸੰਤਾਂ ਦੇ ਚਰਨਾਂ ਦੀ ਧੂੜ ਸ੍ਰੇਸ਼ਟ ਬਹੂਤੀ। ਹਾਂਜੀ, ਸੁਲਾਸੀ ਮੈਨੇ ਸ੍ਰੇਸ਼ਟ ਬਹੂਤੀ ਪਿੰਡੇ ਨੂੰ ਮਲਦੇ ਆ। ਖਿੰਥਾ ਖਿਮਾ ਹੰਢਾਵਣੀ, ਪ੍ਰੇਮ ਪੱਤਰ ਪਾਓ ਭੋਗਤ ਬਲਾਸੀ।
ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਆ ਪ੍ਰੇਮ ਦੇ ਬਰਤਨ 'ਚ ਪਰਮਾਤਮਾ ਦੇ ਭਾਉ ਦੀ ਭੋਗਤ ਜਿਹੜਾ ਉਹ ਪਦਾਰਥ ਬਣਾਉਂਦੇ ਆ ਉਹਦਾ ਆਨੰਦ ਮਾਣਦੇ ਆ ਖਿੰਥਾ ਮੈਨੂੰ ਖਫਣੀ ਹਟਾਉਂਦੇ ਆ ਖੇਮਾਂ ਦੀ ਖਿੰਥਾ ਖਫਣੀ ਔਰ ਖਿੰਥਾ ਖਿਮਾ ਡਾਵਣੀ ਪ੍ਰੇਮ ਪੱਤਰ ਪਾਓ ਭਗਤ ਵਿਲਾਸੀ ਸ਼ਬਦ ਸੁਰ ਸਿੰਘੀ ਵਜਿਆ ਡੰਡਾ ਗਿਆਨ ਧਿਆਨ ਗੁਰਦਾਸੀ ਇਹ ਭਾਈ ਗੁਰਦਾਸ ਦੇ ਸ਼ਬਦ ਵਿੱਚ ਸੁਰਤੀ ਨੂੰ ਜੋੜਨਾ ਉਹਨਾਂ ਦੀ ਸਿੰਗੀ ਵੱਜਦੀ ਹੈ ਔਰ ਗਿਆਨ ਦਾ ਡੰਡਾ ਉਹਨਾਂ ਦੇ ਹੱਥਾਂ 'ਚ ਹੁੰਦਾ ਸਤਿਗੁਰਾਂ ਦੀ ਸੇਵਾ ਕਰਨੀ ਉਹਨਾਂ ਦਾ ਧਿਆਨ ਲਾਉਣਾ ਆ ਗਿਆਨ ਦਾ ਡੰਡਾ ਗੁਰੂ ਦੇ ਦਾਸ ਹੋ ਕੇ ਸੇਵਾ ਕਰਨੀ ਇਹ ਉਹਨਾਂ ਦਾ ਧਿਆਨ ਲਾਉਣਾ ਆ ਸਾਧ ਸੰਗਤ ਗੁਰ ਗੁਫੈ ਬਹਿ ਸਹਿਜ ਸਮਾਧ ਆਗਾਧ ਨਿਵਾਸੀ ਭਾਈ ਸਾਹਿਬ ਕਹਿੰਦੇ ਸੰਗਤ ਗੁਰੂ ਕੀ ਸੰਗਤ ਰੂਪੀ ਗੁਫਾ 'ਚ ਬਹਿ ਕੇ ਸਹਿਜ ਸਮਾਧ ਦੇ ਡੂੰਘੇ ਨਿਵਾਸੀ ਹੋ ਰਿਹਾ ਭਾਵ ਕਿ ਚੌਥੀ ਭੂਮਿਕਾ 'ਚ ਮਸਤ ਹੋਏ ਹੋਏ ਆ ਉੱਥੇ ਦੇ ਨਿਵਾਸੀ ਬਣ ਗਿਆ ਹਉਮੈ ਰੋਗ ਅਰੋਗ ਹੋਏ ਕਰ ਸੰਯੋਗ ਵਿਯੋਗ ਖਲਾਸੀ ਭਾਈ ਸਾਹਿਬ ਕਹਿੰਦੇ ਹਉਮੈ ਦੇ ਰੋਗ ਤੋਂ ਅਰੋਗ ਹੋਇਆ ਸੰਯੋਗ ਔਰ ਵਿਯੋਗ ਦੇ ਵਿਯੋਗ ਜਿਹੜੇ ਦੋ ਚੇਲੇ ਖਲਾਸੀ ਸੇਵਕ ਹੈ ਸੰਯੋਗ ਅਤੇ ਵਿਯੋਗ ਤੋਂ ਖਲਾਸੀ ਮੈਨੇ ਛੁਟਕਾਰਾ ਪਾ ਲਿਆ ਸੰਸਾਰ ਦੁਆਂਦਾ ਵਾਲੇ ਪਸਾਰੇ ਛੁੱਟ ਕੇ ਇੱਕ ਯਥਾਰਥ ਵਿੱਚ ਪਹੁੰਚ ਗਿਆ ਅਸਲੀਅਤ ਵਿੱਚ ਸਾਧ ਸੰਗਤ ਗੁਰਮਤਿ ਸਾਹਿਬ ਸੀ ਸਾਧ ਸੰਗਤ ਗੁਰੂ ਦੀ ਮਤ ਕਰਕੇ ਸ਼ਾਬਾਸ਼ ਮਿਲਦੀ ਈਸ਼ਵਰ ਦੀ ਖੁਸ਼ੀ ਮਿਲਦੀ ਹੈ ਲਖ ਬ੍ਰਹਮੇ ਲਖ ਵੇਦ ਪੜ੍ਹ ਨੇਤ ਨੇਤ ਕਾਰ ਕਰ ਸਭ ਥੱਕੇ ਭਾਈ ਸਾਹਿਬ ਕਹਿੰਦੇ ਲੱਖਾਂ ਬ੍ਰਹਮੇ ਲੱਖਾਂ ਵੇਦਾਂ ਨੂੰ ਪੜ੍ਹ ਪੜ੍ਹ ਓਟ ਕੰਤ ਨੂੰ ਨੇਤ ਨੇਤ ਕਰਕੇ ਸਾਰੇ ਥੱਕ ਗਏ ਹਾਰ ਕੇ ਥੱਕ ਗਏ ਮਹਾਂਦੇਵ ਦੂਤ ਲਖ ਯੋਗ ਧਿਆਨ ਉਣੀਂਦੇ ਅੱਗੇ ਭਾਈ ਸਾਹਿਬ ਕਹਿੰਦੇ ਆ ਸ਼ਿਵ ਵਰਗੇ ਵਧੂਤ ਯੋਗੀ ਲੋਕ ਲੱਖਾਂ ਹੀ ਯੋਗ ਦੇ ਜਿਹੜੇ ਧਿਆਨ ਰਾਤ ਨੂੰ ਜਾਗਦੇ ਜਾਗਦੇ ਅੱਕ ਗਏ ਥੱਕ ਗਏ ਧਿਆਨ ਉਣੀਂਦੇ ਧਿਆਨ 'ਚ ਉਣੀਂਦਰੇ ਰਹੇ ਜਾਗਾ ਕਰਦੇ ਰਹੇ ਅੱਕੇ ਮੈਨੇ ਅੱਕ ਗਏ ਲੱਖ ਵਿਸ਼ਨ ਅਵਤਾਰ ਲੈ ਗਿਆਨ ਖੜਗ ਫੜ ਪਹੁੰਚ ਨਾ ਸਕਿਆ ਭਾਈ ਸਾਹਿਬ ਕਹਿੰਦੇ ਲੱਖਾਂ ਵਿਸ਼ਨੂੰ ਅਵਤਾਰ ਧਾਰ ਧਾਰ ਕੇ ਗਿਆਨ ਦੀ ਤਲਵਾਰ ਹੱਥ ਵਿੱਚ ਫੜ ਕੇ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕੇ ਲੱਖ ਲੋਮ ਸਿਰ ਜੀਵਨ ਆਦਿ ਅੰਤ ਵਿੱਚ ਧੀਰਕ ਧੱਕੇ ਭਾਈ ਸਾਹਿਬ ਲੱਖਾਂ ਲੋਮ ਸ਼੍ਰੀ ਸ਼੍ਰੀ ਵਰਗੇ ਲੰਮੀਆਂ ਉਮਰਾਂ ਵਾਲੇ ਆਦਿ ਤੋਂ ਅੰਤ ਤੱਕ ਧੀਰੀ ਧਾਰ ਕੇ ਧੱਕੇ ਹੀ ਖਾਂਦੇ ਰਹੇ ਭਾਵ ਉਹਨਾਂ ਨੂੰ ਵੀ ਪਰਮਾਤਮਾ ਦਾ ਦਰਸ਼ਨ ਨਾ ਹੋਇਆ ਚਿਰ ਜੀਵਨੇ ਲੰਮੀ ਉਮਰ ਵਾਲੇ ਉਣੀਂਦੇ ਮੈਨੇ ਜਾਗਾ ਕਰਨਾ ਟੱਕੇ ਮੈਨੇ ਅਧੀਨ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਭਾਈ ਉਹ ਵੀ ਜਿਹੜੇ ਉਣੀਂਦੇ ਸੌਂਦੇ ਨਹੀਂ ਜਾਗਾ ਕਰਦੇ ਆ ਆਦ ਤੋਂ ਲੈ ਕੇ ਅੰਤ ਤੱਕ ਧੀਰਜ ਵੇਖੇ ਧੱਕੇ ਹੀ ਖਾਂਦੇ ਰਹੇ ਤਿੰਨ ਲੋ ਯੁਗ ਚਾਰ ਕਰ ਲੱਖ ਬ੍ਰਹਿਮੰਡ ਖੰਡ ਕਰ ਟੱਕੇ ਭਾਈ ਸਾਹਿਬ ਕਹਿੰਦੇ ਆ ਪਰਮਾਤਮਾ ਨੇ ਤਿੰਨਾਂ ਲੋਕਾਂ 'ਚ ਚਾਰ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਲੱਖਾਂ ਬ੍ਰਹਿਮੰਡ ਲੱਖਾਂ ਖੰਡ ਬਣਾਏ ਕੇ ਟੱਕੇ ਆਪਣੇ ਹੱਥ ਨਾਲ ਕੱਜੇ ਆ ਭਾਵ ਕਿ ਆਪਣੇ ਬਸ ਵਿੱਚ ਕਰ ਛੱਡੇ ਆ ਲੱਖ ਪਰਲਾ ਉਤਪਤ ਲੱਖ ਹਰਟ ਮਾਲ ਅੱਖ ਫਰੱਕੇ ਭਾਈ ਸਾਹਿਬ ਕਹਿੰਦੇ ਆ ਲੱਖਾਂ ਪਰਲਾਂ ਲੱਖਾਂ ਉਤਪਤੀਆਂ ਹਰਟ
ਆਲਟ ਦੀਆਂ ਟਿੰਡਾਂ ਮਾਲਾਂ, ਟਿੰਡਾਂ ਦੀ ਮਾਲਾ ਨੂੰ ਅੱਗ ਫੜਕਣ ਵਿੱਚ ਹੇਠ ਉੱਤੇ ਹੁੰਦੀਆਂ ਰਹਿਣੀਆਂ, ਐਸੀ ਹਾਲਤ ਆ। ਲੱਖਾਂ ਪਰਲੋ ਲੱਖਾਂ ਉਤਪਤੀਆਂ ਹਟਦੀਆਂ ਟਿੰਡਾਂ ਵਾਂਗੂ ਦੇ ਅੱਗ ਫੜਕਣ ਜਿੰਨੇ ਸਮੇਂ 'ਚ ਹੋ ਰਹੀਆਂ। ਸਾਧ ਸਿੰਘ ਆਸ਼ਕ ਹੋਏ ਤੱਕੇ। ਭਾਈ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਸਾਧ ਸਿੰਘ ਪ੍ਰੀਤ ਕਰਦਾ ਉਹ ਹੀ ਬੇਅੰਤ ਪਰਮਾਤਮਾ ਦੇ ਦਰਸ਼ਨ ਕਰ ਸਕਦਾ। ਆਸ਼ਕ ਮੈਨੇ ਪ੍ਰੀਤੀ ਕਰਨੀ। 17 ਪਾਰਵਾਂ ਪੂਰਨ ਬ੍ਰਹਮ ਆਦਿ ਪੁਰਖ ਹੈ ਸਤਿਗੁਰ ਸੋਈ। ਉਹ ਪਾਰ ਬ੍ਰਹਮ ਜਿਹੜਾ ਪੂਰਨ ਬ੍ਰਹਮ ਸਰਗੁਣ ਮੂਰਤੀ ਧਾਰੀ ਹੈ, ਉਹ ਆਦਿ ਪੁਰਖ ਧੰਨ ਸ਼੍ਰੀ ਗੁਰੂ ਨਾਨਕ ਦੇਵ ਦਾ ਰੂਪ ਆ। ਯੋਗ ਧਿਆਨ ਹੈਰਾਨ ਹੋਏ, ਵੇਦ ਗਿਆਨ ਪ੍ਰਵਾਹ ਨਾ ਹੋਈ, ਇਹ ਭਾਈ ਗੁਰਦਾਸ ਸਾਹਿਬ ਕਹਿੰਦੇ। ਉਸ ਆਦਿ ਪੁਰਖ ਨੂੰ ਪਾਉਣ ਵਾਸਤੇ ਯੋਗ ਔਰ ਧਿਆਨ ਹੈਰਾਨ ਹੋ ਰਿਹਾ, ਵੇਦਾਂ ਦੇ ਗਿਆਨ ਦੀ ਪ੍ਰਵਾਹ ਵੀ ਕੁਝ ਨਹੀਂ, ਨਾ ਤੂੰ ਆਵ ਹੈ, ਬਸ ਵੇਦ ਪੜਾ ਬਣੇ। ਪਰਵਾਹ ਨਾ ਹੋਈ, ਕੋਈ ਪਰਵਾਹ ਨਹੀਂ ਹੋਈ। ਆ ਵੇਦਾਂ ਦੇ ਪੜ੍ਹਨ ਨਾਲ ਵੀ ਉਸ ਪ੍ਰਭੂ ਦੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ। ਯੋਗ ਗਿਆਨ ਧਿਆਨ ਹੋਏ, ਵੇਦ ਗਿਆਨ ਪ੍ਰਵਾਹ ਨਾ ਹੋਏ। ਪਰਮਾਤਮਾ ਦੀ ਪ੍ਰਾਪਤੀ ਲਈ ਯੋਗੀ ਧਿਆਨ ਲਾ ਕੇ ਹੈਰਾਨ ਹੋ ਗਿਆ, ਵੇਦਾਂ ਦੇ ਗਿਆਨ ਦੀ ਕੋਈ ਪ੍ਰਵਾਹ ਨਹੀਂ। ਭਾਵ ਵੇਦਾਂ ਦੇ ਪੜ੍ਹਨ ਨਾਲ ਵੀ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਦੇਵੀ ਦੇਵ ਸਰੇਬ ਦੇ ਜਲ ਥਲ ਮਜਲ ਪਵਦੀ ਲੋਈ, ਦੇਵੀਆਂ ਦੇਵਤੇ ਪਰਮਾਤਮਾ ਨੂੰ ਸੇਵਦੇ। ਜਲਾਂ ਥਲਾਂ ਪ੍ਰਿਥਵੀ ਆਕਾਸ਼ ਵਿੱਚ ਲੱਭਣ ਲਈ ਦੁਨੀਆ ਸਾਰੀ ਫਿਰ ਰਹੀ ਹੈ, ਘੁੰਮ ਰਹੀ ਹੈ। ਲੋਈ ਮੈਨੇ ਲੁਕਾਈ, ਪਵਦੀ ਫਿਰ ਰਹੀ ਹੈ। ਮਹੀ ਧਰਤੀ ਵਾਲਾ ਆਕਾਸ਼ ਜਲਾਂ ਥਲਾਂ ਸਾਰੇ ਫਿਰਦੇ ਆ, ਸਰੇਬ ਦੇ ਮੈਨੇ ਸੇਵਦੇ ਆ। ਪਵਦੀ ਲੋਈ ਲੁਕਾਈ ਫਿਰਦੀ, ਬਗੋਈ ਮੈਨੇ ਖੱਜਲ ਹੁਣ। ਹੋਮ ਜਗ ਜਪ ਤਪ ਕਣੇ, ਕਰ ਕਰ ਕਰਮ ਧਰਮ ਦੁੱਖ ਰੋਈ। ਭਾਈ ਸਾਹਿਬ ਕਹਿੰਦੇ ਅਨੇਕਾਂ ਤਰ੍ਹਾਂ ਦੇ ਹੋਮ ਜਗ ਜਪ ਤਪ ਆਦਿ ਕਰਮ ਧਰਮ ਕਰ ਕਰਕੇ ਲੁਕਾਈ ਦੁਖੀ ਹੋ ਰਹੀ, ਰੋ ਰਹੀ ਹੈ। ਬਸ ਨਾ ਆਵੇ ਧਾਮ ਦਾ ਅੱਠ ਖੰਡ ਪਾਖੰਡ ਬਗੋਈ। ਇਹ ਮਨ ਕਿਸੇ ਦੇ ਵਸ 'ਚ ਨਹੀਂ ਆਉਂਦਾ ਭਾਈ ਸਾਹਿਬ ਕਹਿੰਦੇ। ਇਸੇ ਵਾਸਤੇ ਸੰਸਾਰ ਦੇ ਅੱਠ ਖੰਡ, ਚਾਰ ਵਰਨ, ਚਾਰ ਆਸ਼ਰਮ ਪਖੰਡਾਂ 'ਚ ਬਗੋਈ ਖਰਾਬ ਹੋ ਰਹੇ ਹੈ। ਗੁਰਮੁਖ ਮੰਨ ਜਾਣ, ਜੱਗ ਜਾਣਾ, ਆਪ ਗਵਾਏ ਆਪੇ ਸਭ ਕੋਈ। ਭਾਈ ਸਾਹਿਬ ਕਹਿੰਦੇ ਜਿਹੜੇ ਮਨ, ਇਹ ਮਨ ਕਿਸੇ ਦੇ ਵਸ 'ਚ ਨਹੀਂ ਆਉਂਦਾ। ਇਸ ਵਾਸਤੇ ਸੰਸਾਰ ਅੱਠ ਖੰਡ, ਚਾਰ ਵਰਨ, ਚਾਰ ਆਸ਼ਰਮ ਪਖੰਡਾਂ 'ਚ ਖਰਾਬ ਹੋ ਰਿਹਾ। ਸੰਸਾਰ ਦੇ ਜੀਵ ਜਿੰਨੇ ਖਰਾਬ ਹੋ ਰਿਹਾ, ਕਿਉਂਕਿ ਮਨ ਵਸ 'ਚ ਆਏ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਸ ਨਾ ਆਵੇ ਧਾਮ ਦਾ, ਇਹ ਦੌੜਾ ਜਾਂਦਾ ਮਨ ਬਸ 'ਚ ਨਹੀਂ ਆਉਂਦਾ। ਅੱਠ ਖੰਡ ਪਾਖੰਡ ਬਗੋਈ, ਆਖੰਡ ਅੱਠ ਖੰਡ ਜਿਹੜੇ ਹੈ ਵਰਨ ਆਸ਼ਰਮ ਦੇ ਪਖੰਡਾਂ 'ਚ ਖਰਾਬ ਹੋ ਰਿਹਾ। ਗੁਰਮੁਖ ਮੰਨ ਜਾਣ, ਜੱਗ ਜਾਣੇ, ਗੁਰਮੁਖ ਮਨ ਨੂੰ ਜਿੱਤ ਕੇ ਸੰਸਾਰ ਨੂੰ ਜਾਣੇ ਜਿੱਤ ਲੈਂਦੇ। ਆਪ ਗਵਾਏ ਆਪਾਂ ਹੋਏ, ਆਪਾਂ ਆਪਾਂ ਗਵਾ ਕੇ ਹਰ ਕੋਈ ਆਪਣਾ ਆਪ ਹੋ ਜਾਂਦਾ, ਭਾਵ ਆਪਣੇ ਸਵੈ ਸਰੂਪ ਵਿੱਚ ਭੇਦ ਹੋ ਜਾਂਦਾ। ਸਾਧ ਸੰਗਤ ਗੁਣ ਹਾਰ ਪਰੋਏ, ਗੁਰਮੁਖਾਂ ਨੇ ਸਾਧ ਸੰਗ ਜਾ ਕੇ ਗੁਣਾਂ ਦਾ ਹਾਰ ਪਰੋਇਆ। 18 ਅਲਖ ਨਿਰੰਜਨ ਆਖੀਆਂ ਰੂਪ ਰੇਖ, ਰੂਪ ਨਾ ਰੇਖ ਅਲੇਖ ਅਪਾਰਾ। ਉਹਨੂੰ ਅਲਖ ਨਿਰੰਜਨ ਰੂਪ ਰੇਖ ਰਹਿਤ ਅਲੇਖ ਅਪਾਰ ਕਹੀਦਾ, ਉਹ ਕਿਸੇ ਲੇਖੇ 'ਚ ਨਹੀਂ ਆ ਸਕਦਾ। ਅਵਗਤ ਗਤ ਅਵਗਤ ਕਣੀ ਸਿਰ ਮਨ ਸੇਖ ਨਾ ਆਵੇ ਪਾਰਾ। ਭਾਈ ਗੁਰਦਾਸ ਕਹਿੰਦੇ ਸਿਮਰਨ ਪਾਠ ਚਾਹੀਦਾ। ਇਹ ਗਲਤ ਲਿਖਿਆ ਗਿਆ, ਸਿਮਰਨ
ਭਾਈ ਸਾਹਿਬ ਕਹਿੰਦੇ ਅਵਗਤ ਗਤ ਅਵਗਤ ਕਣੀ ਸਿਮਰਨ ਸੇਖ ਨਾਵੇ ਬਾਣੀ। ਉਸ ਅਵਗਤ ਪਰਮਾਤਮਾ ਦੀ ਗਤੀ ਨੂੰ ਜਾਣਨਾ ਬਹੁਤ ਕਠਿਨ ਹੈ। ਸ਼ੇਸ਼ ਨਾਗ ਹਰ ਵੇਲੇ ਸਿਮਰਨ ਕਰਨ ਨਾਲ ਵੀ ਉਹਦਾ ਅੰਤ ਨਹੀਂ ਪਾ ਸਕਿਆ। ਅਕਥ ਕਥਾ ਕਿਉਂ ਜਾਣੀ ਹੈ, ਅਲੇਖ ਲੇਖੇ ਰਹਿ ਤਾਰਾ ਮੈਨੇ ਮਲਾਹ। ਅਕਥ ਕਥਾ ਨੂੰ ਕਿਵੇਂ ਜਾਣਿਆ ਜਾਏ, ਕੋਈ ਨਾ ਆਖਸੋ ਅਨਾਵਨ ਹਾਰਾ, ਕਿਉਂਕਿ ਕੋਈ ਵੀ ਉਹਦੀ ਕਥਾ ਨੂੰ ਕਹਿ ਕੇ ਸੁਣਾਉਣ ਵਾਲਾ ਹੈ ਹੀ ਨਹੀਂ, ਕਿੰਨੀ ਕੁ ਸੁਣਾਏਗਾ। ਅਚਰਜ ਨੂੰ ਅਚਰਜ ਹੋਏ ਬਿਸਮਾਦਿਆ ਬਿਸਮਾਸ ਮਾਰਾ। ਭਾਈ ਸਾਹਿਬ ਕਹਿੰਦੇ ਆ ਉਹਦਾ ਜਿਹੜਾ ਸ਼ੁਮਾਰ ਕਰਨ ਲੱਗਿਆਂ ਅਚਰਜ ਨੂੰ ਵੀ ਅਚਰਜ ਹੋ ਜਾਂਦਾ, ਬਿਸਮਾਦ ਵੀ ਬਿਸਮਾਦ ਹੋ ਜਾਂਦਾ। ਸ਼ੁਮਾਰ ਕਰਨ ਲੱਗਿਆਂ ਗਿਣਤੀ ਕਰਨ ਲੱਗਿਆਂ ਚਾਰ ਵਰਨ ਗੁਰਸਿੱਖ ਹੋਏ ਘਰ ਵਾਰੀ ਬਹੁ ਬਣ ਜਾਰਾ। ਚਾਰੇ ਵਰਨਾਂ ਦੇ ਲੋਕ ਗੁਰਸਿੱਖ ਗ੍ਰਿਸਤੀ ਹੋ ਕੇ ਬਹੁਤ ਤਰ੍ਹਾਂ ਦੇ ਵਣਜ ਵਪਾਰ ਕਰਦੇ ਆ। ਸਾਧਸੰਗ ਅਰਾਧਿਆ ਭਗਤ ਬਸ਼ਰੂ ਗੁਰੂ ਰੂਪ ਮਰਾਰਾ, ਉਹ ਗੁਰਸਿੱਖ ਸਾਧਸੰਗ 'ਚ ਮਿਲ ਕੇ ਭਗਤ ਬਸ਼ ਜਿਹੜਾ ਅਹੰਕਾਰ ਨੂੰ ਨਾਸ ਕਰਨ ਨਾਲ ਪਿਆਰਾ ਪਰਮਾਤਮਾ ਉਹਦੀ ਆਰਾਧਨਾ ਕਰਦੇ ਆ। ਸਾਧ ਸੰਗਤ ਆਰਾਧਿਆ ਚਾਰ ਵਰਨ ਗੁਰਸਿੱਖ ਘਰ ਵਾਰੀ ਬਹੁ ਬਣਜ ਵਪਾਰਾ। ਸਾਧ ਸੰਗ ਆਰਾਧਿਆ ਭਗਤ ਵਛਲ ਗੁਰ ਰੂਪ ਮਰਾਰਾ, ਉਹ ਭਗਤਾਂ ਦਾ ਵਛਲ ਹੰਕਾਰ ਨਾਸਕ ਪਿਆਰੇ ਗੁਰੂ ਰੂਪ ਦੀ ਆਰਾਧਨਾ ਕਰਦੇ ਆ। ਮਰਾਰਾ ਜਿਹੜਾ ਮਨ ਰੂਪੀ ਦੈਂਤ ਦਾ ਅਰੀ ਬੈਰੀ ਹੈ, ਭਵ ਸਾਗਰ ਗੁਰਸਾਗਰ ਤਾਰਾ, ਇਹ ਸੰਸਾਰ ਸਾਨੂੰ ਗੁਰਸਿੱਖੀ ਨੂੰ ਗੁਰਸਿੱਖਾਂ ਨੂੰ ਗੁਰੂ ਮਲਾਹ ਬਣ ਕੇ ਤਾਰਦਾ ਹੈ। 19ਵੀਂ ਪੌੜੀ ਨਿਰੰਕਾਰ ਏਕੰਕਾਰ ਹੋਏ ਓਂਕਾਰ ਅਕਾਰ ਅਪਾਰਾ। ਨਿਰੰਕਾਰ ਪਰਮਾਤਮਾ ਨੇ ਏਕੰਕਾਰ ਅਕਾਂਗ ਦਾ ਰੂਪ ਧਾਰਿਆ, ਫਿਰ ਉਸ ਰੂਪ ਤੋਂ ਓਂਕਾਰ ਅਕਾਰ ਇਹ ਰੂਪ ਜਿਹੜਾ ਸੀ ਧਾਰਨ ਕੀਤਾ। ਰੋਮ ਰੋਮ ਵਿੱਚ ਰੱਖੇ ਉਹਨੂੰ ਕਰ ਬ੍ਰਹਿਮੰਡ ਕਰੋੜ ਪਸਾਰਾ, ਉਹਨੂੰ ਕਰੋੜਾਂ ਬ੍ਰਹਿਮੰਡ ਦਾ ਪਸਾਰਾ ਕਰਕੇ ਉਹਨਾਂ ਨੂੰ ਆਪਣੇ ਇੱਕ ਇੱਕ ਰੋਮ ਵਿੱਚ ਰੱਖਿਆ ਹੋਇਆ। ਕੇਤੜੀਆਂ ਯੁੱਗ ਵਰਤਿਆ ਅਗਮ ਗੋਚਰ ਧੁੰਦੂਕਾਰਾ, ਫਿਰ ਕਈ ਯੁਗਾਂ ਵਿੱਚ ਕਈ ਅਵਤਾਰ ਧਾਰਨ ਕਰਕੇ ਉਹ ਵਰਤ ਰਿਹਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਈ ਯੁਗਾਂ 'ਚ ਅਗੰਮ ਤੋਂ ਗੰਮ ਹਨੇਰ ਗੁਬਾਰ ਵਰਤ ਰਿਹਾ ਸੀ, ਅਗਮ ਗੋਚਰ ਧੁੰਦੂਕਾਰਾਂ, ਉਹ ਅਗਾਮ ਗੋਚਰ ਪਰਮਾਤਮਾ ਕਈ ਯੁਗਾਂ 'ਚ ਧੁੰਦੂਕਾਰ ਹੋ ਕੇ ਵਰਤਦਾ ਰਿਹਾ। ਕੇਤੜਿਆਂ ਯੁਗ ਵਰਤਿਆ ਕਰ ਕਰਕੇ ਕੇਤੜਿਆਂ ਅਵਤਾਰਾਂ, ਫਿਰ ਕਈ ਯੁਗਾਂ 'ਚ ਕਈ ਅਵਤਾਰ ਧਾਰਨ ਕਰਕੇ ਵਰਤਦਾ ਰਿਹਾ। ਭਗਤ ਵਛਲ ਹੋਇਆ ਕਲੀ ਕਲ ਪ੍ਰਗਟ ਪਾਹਾਰਾ, ਭਗਤ ਵਛਲ ਹੋਣ ਕਰਕੇ ਉਹ ਭਗਤਾਂ ਦਾ ਪਿਆਰਾ ਕਲਯੁਗ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਕੇ ਪ੍ਰਗਟ ਹੋਇਆ ਹੈ। ਕਲਯੁਗ ਗੁਰੂ ਰੂਪ ਹੋ ਕੇ ਪ੍ਰਗਟ ਹੋਇਆ, ਪਸਾਰਾ ਪਹਾਰਾ ਮੈਨੇ ਉਹਦਾ ਪਸਾਰਾ ਪ੍ਰਗਟ ਹੋਇਆ। ਭਗਤ ਵਛਲ ਹੋਇਆ ਕਲੀ ਕਾਲ ਪ੍ਰਗਟ ਪਸਾਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਪਰਮੇਸ਼ਰ ਜਿਹੜਾ ਸੀ ਉਹਨੇ ਆਪਣਾ ਪਸਾਰਾ ਪ੍ਰਗਟ ਕਰਤਾ, ਕਲਯੁਗ ਦੇ ਸਮੇਂ ਵਿੱਚ ਆਪਣਾ ਪਸਾਰਾ ਪ੍ਰਗਟ ਕਰ ਦਿੱਤਾ, ਭਾਵ ਭਗਤਾਂ ਦੀ ਰੱਖਿਆ ਲਈ ਗੁਰੂ ਅਵਤਾਰ ਧਾਰਨ ਕੀਤਾ। ਸਾਧ ਸੰਗਤ ਵਸਗਤ ਹੋਇਆ ਓਤ ਪੋਤ ਕਰ ਪ੍ਰੇਮ ਪਿਆਰਾ।
पहारा मैंने पसारा, तुंदू करा मैंने गुवार, उत पुत मैंने ताना पेटा, साध संगत बस गत हुआ। भाई गुरदास कहंदे साध संगत विच आ के बस विच हुंदा, ओत पोत कर फिर प्यारा, वो फिर प्रेमियों का प्यारा होने करके ताने पेटे वो साध संगत दे बासगत मैंने अधीन होया होया। वो परमात्मा गुरु रूप होके साध संगत बस रहा। ओत पोत कर प्रेम प्यारा, ताने पेटे दी न्याई प्रेम प्यारा। भाई गुरदास कहंदे है जो पीरी सो प्यारा, जो प्यारा सो पीरी, एक जगत दो मूर्तां आ। साध संग दे बस विच हो के ओत पोत करके प्रेम ते प्यारा एक रूप होए है, एक जो दो मूर्तां आ। गुरमुख सुजै सिरजन हारा, वो सिरजनहार गुरमुखां नूं सुझदा, वही उहदे बारे जाणदे आ। ओत पोत मैंने ताणा पेटा। 20वीं पौड़ी सतगुर मूर्त प्रगटी गुरमुख सुखफल शब्द विचारा। जदों धन गुरु नानक साहब जी जोत संसार च प्रगट होई, उदों फिर पाई लैणा रूप गुरमुख ने सतगुरां दे शब्द दी विचार करके सुखफल नूं प्राप्त कर लिया। एक दू होए सहज फल गुरसिख साध संगत ओंकार। भाई साहब कहते वो सिख गुरमुख सिख तो अगे हजारा फल गुरसिख पैदा हो गया, क्यों गुरमुखां की साध संगत परमात्मा का निवास होंदा है। एक दूहे सहज फल, एक दूहे सहज फल। भाई गुरदास साहब कहते हैं जदों धन गुरु नानक देव जी महाराज ने अवतार धारण किया, उदों गुरमुखां गुरु अंगद साहब ने शब्द रूपी सुख फल का विचार मैंने अभ्यास किया। एक फल दी की बटी दी हजारों फल हो गए, क्यों गुरसिखां दी साध संगत विच ओंकार दा निवास है, और ओंकार ने सृष्टि दे मूल कारण परमात्मा दा बच गया। ओंकार सैल युग पए, एक दूहे सहस फल, एक तो सैकड़े फल हजारा हो जाए। गुरसिख साध संगत ओंकार, गुरमुखां दी साध संगत विच ओंकार का निवास है। डिठा सुनिया मनिया सनमुख से बिरले संसारा, जिन्हें धन गुरु नानक देव जी महाराज डिठा दर्शन किया, नाम सुनिया मनन किया, नानक से अखड़िया ब्याम जिनी डसन दो माफी। वो संसार बिरले सनमुख है, तेरा जन एक आद कोई। ਡਿੱਠਾ ਸੁਣਿਆ ਮੁਨਿਆ, ਜਿਹਨੇ ਦੇਖਿਆ ਸੁਣਿਆ ਮੁਨਿਆ, ਸਨਮੁਖ ਹੋਏ ਸੇ ਬਿਰਲੇ ਸੰਸਾਰਾ, ਬਿਰਲੇ ਆ ਸੰਸਾਰ। ਪਹਿਲੋਂ ਦੇ ਪੱਖ ਆਖ ਹੋਏ, ਪਿੱਛੋਂ ਜੱਗ ਮੰਗੈ ਪੱਗ ਸ਼ਾਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲਾਂ ਤਾਂ ਸਤਿਗੁਰਾਂ ਦੇ ਚਰਨਾਂ ਦੀ ਧੂੜ ਹੁੰਦਾ, ਫਿਰ ਸਾਰਾ ਸੰਸਾਰ ਉਹਦੇ ਚਰਨਾਂ ਦੀ ਧੂੜ ਨੂੰ ਸਿਰ ਪੁਰ ਰੱਖ ਕੇ ਆਦਰ ਕਰਦਾ। ਪਹਿਲੋਂ ਦੇ ਪਾ ਖਾ ਕੇ, ਪਹਿਲਾਂ ਦਾ ਪਾ ਖਾ ਚਰਨਾਂ ਦੀ ਧੂੜ ਹੁੰਦਾ, ਪਿੱਛੋਂ ਜੱਗ ਮੰਗੈ ਪੱਗ ਛਾਰਾ, ਪਿੱਛੋਂ ਸਾਰਾ ਸੰਸਾਰ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ। ਪਹਿਲਾਂ ਜੇ ਗੁਰੂ ਦੇ ਪੈਰਾਂ ਦੀ ਚਰਨ ਧੂੜ ਹੁੰਦਾ, ਫਿਰ ਸਾਰਾ ਸੰਸਾਰ ਉਹਦੇ ਚਰਨਾਂ ਦੀ ਧੂੜ ਨੂੰ ਸਿਰ ਪੁਰ ਰੱਖ ਕੇ ਆਦਰ ਕਰਦਾ ਹੈ। ਗੁਰਮੁਖ ਮਾਰਗ ਚੱਲਿਆ ਸੱਚ ਬਣਜ ਕਰ ਪਾਰਾ ਤਾਰਾ।
ਅਰਦਾਸ ਸਾਹਿਬ ਕਹਿੰਦੇ ਆ ਜਿਹੜੇ ਗੁਰਸਿੱਖ ਪਹਿਲਾਂ ਗੁਰੂ ਚਰਨਾਂ ਦੀ ਧੂੜ ਬਣੇ ਆ, ਪਿੱਛੋਂ ਸੰਸਾਰ ਉਹਨਾਂ ਚਰਨਾਂ ਦੀ ਧੂੜ ਮੰਗਦਾ। ਸਾਰੇ ਸਨ ਉਹਨਾਂ ਦੀ ਪੂਜਾ ਹੁੰਦੀ ਹੈ। ਜਿਹੜੇ ਗੁਰਸਿੱਖ ਪਹਿਲਾਂ ਗੁਰੂ ਚਰਨਾਂ ਦੀ ਧੂੜ ਬਣੇ ਆ, ਪਿੱਛੋਂ ਸੰਸਾਰ 'ਚ ਉਹਨਾਂ ਦੇ ਚਰਨਾਂ, ਹਾਂਜੀ ਸੰਸਾਰ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ। ਗੁਰਮਾਰਗ ਚੱਲਿਆ ਸੱਚ ਬਣ ਕਰ ਪਾਰ ਉਤਾਰਾ। ਭਾਈ ਸਾਹਿਬ ਕਹਿੰਦੇ ਗੁਰਮੁਖ ਮਾਰਗ ਚੱਲਿਆ, ਜਿਹੜੇ ਗੁਰਮੁਖਤਾਈ ਦੇ ਮਾਰਗ 'ਤੇ ਚੱਲੇ ਆ, ਸੱਚ ਦਾ ਵਪਾਰ ਕੀਤਾ, ਉਹਨਾਂ ਨੂੰ ਪਾਰ ਉਤਾਰਾ ਮਿਲ ਗਿਆ, ਮੁਕਤੀ ਪ੍ਰਾਪਤ ਕਰ ਲਈ। ਕੀਮਤ ਕੋਈ ਨਾ ਜਾਣੇ ਆਖਣ ਸੁਣਨ ਨਾ ਲਿਖਣਹਾਰ। ਇਹੋ ਜਿਹਾ ਗੁਰਮੁਖ ਗੁਰਸਿੱਖਾਂ ਦੀ ਕੀਮਤ ਮਹਿਮਾ ਨੂੰ ਨਹੀਂ ਕੋਈ ਜਾਣਦਾ, ਉਹਨਾਂ ਦੀ ਵਡਿਆਈ ਕਹਿਣ ਸੁਣ ਅਤੇ ਲਿਖਣ ਵਾਲਾ ਕੋਈ ਨਹੀਂ। ਸਾਧ ਸੰਗਤ ਗੁਰ ਸ਼ਬਦ ਪਿਆਰਾ, ਕੀਮਤ ਮੈਨੇ ਮਹਿਮਾ, ਸਹਿਸ ਮੈਨੇ ਹਜ਼ਾਰਾਂ। ਗੁਰਮੁਖਾਂ ਨੂੰ ਸਾਧ ਸੰਗਤ ਅਤੇ ਗੁਰੂ ਦਾ ਸ਼ਬਦ ਹੀ ਪਿਆਰਾ ਹੈ। ਇੱਕੀਵੀਂ, ਸਾਧ ਸੰਗਤ ਗੁਰ ਸ਼ਬਦ ਵਿੱਚ ਲਿਵ, ਗੁਰਮੁਖ ਸੁੱਖ ਫਲ ਫਿਰਮ ਚਖਾਇਆ। ਭਾਈ ਗੁਰਦਾਸ ਸਾਹਿਬ ਦੱਸਦੇ ਆ ਲਿਵ ਤਾਰ ਧਿਆਨ ਨਾਮ ਦੀ ਖਿੱਚ, ਚਖਾਇਆ ਮੈਨੇ ਚਖਿਆ ਮਾਣਿਆ, ਜਲਣ ਸੜਨੀ ਬੁਲਾਇਆ ਸਮਾਂ ਬਤੀਤ ਕਰਨਾ, ਪਰਚਾਇਆ ਪਰਚ ਗਿਆ। ਭਾਈ ਸਾਹਿਬ ਦੇ ਸਾਧ ਸੰਗਤ ਸਤਿਗੁਰੂ ਦੇ ਸ਼ਬਦ ਦੇ ਵਿੱਚ ਲਿਵ ਲਾ ਕੇ ਗੁਰਮੁਖਾਂ ਨੇ ਪ੍ਰੇਮ ਰੂਪੀ ਸੁੱਖ ਫਲ ਨੂੰ ਚਖਿਆ ਮੈਨੇ ਮਾਣਿਆ। ਇਹਦੀ ਮਸਤੀ ਵਿੱਚ ਉਹਨਾਂ ਨੇ ਕੀ ਕੀਤਾ, ਸਭ ਨਿਧਾਨ ਕੁਰਬਾਨ ਕਰ, ਸਭੇ ਫਲ ਬਲਿਹਾਰ ਕਰਾ, ਸਾਰੀਆਂ ਨਿਧਾਂ ਕੁਰਬਾਨ ਕਰਦੀਆਂ, ਸਾਰੇ ਫਲ ਬਲਿਹਾਰ ਕਰ ਛੱਡੇ, ਭਾਵ ਕੁਝ ਲੋੜ ਨਹੀਂ ਰੱਖੀ, ਨਿਸ਼ਕਾਮ ਨਿਰੋਲ ਪਰਮਾਤਮਾ ਨਾਲ ਪਿਆਰ ਕੀਤਾ। ਤ੍ਰਿਸ਼ਨ ਜਲਣ ਬਰਾਈਆਂ, ਸਾਂਸ ਸਹਿਜ ਸੰਤੋਖ ਦੇਣਾ ਹੈ। ਭਾਈ ਸਾਹਿਬ ਤ੍ਰਿਸ਼ਨਾ ਦੀ ਜਲਣ ਬੁਝਾਤੀ, ਸ਼ਾਂਤ ਸੰਤੋਖ ਗਿਆਨ ਨੂੰ ਦ੍ਰਿੜ ਕੀਤਾ ਆ। ਸਭੇ ਆਸਾਂ ਪੂਰੀਆਂ, ਆਸਾਂ ਵਿੱਚ ਨਿਰਾਸ ਬੁਲਾਇਆ। ਭਾਈ ਗੁਰਦਾਸ, ਆਸਾਂ ਹਰੇ ਪੂਰਨ ਹੋ ਗਈਆਂ, ਕਿਉਂ ਜਿਹੜਾ ਆਸਾਂ ਵਿੱਚ ਰਹਿ ਕੇ ਨਿਰਾਸ ਹੋ ਕੇ ਸਮਾਂ ਬਿਤਾਉਂਦੇ ਆ। ਬੁਲਾਇਆ ਮੈਨੇ ਬਤੀਤ ਕਰਨਾ, ਮਨਸਾ ਮਨਹਿ ਸਮਾਏ ਲੈ, ਮਨ ਕਾਮ ਨਿਹਕਾਮ ਨਾ ਤਾਰਾ। ਭਾਈ ਸਾਹਿਬ ਕਹਿੰਦੇ ਆ ਮਨ ਦੀ ਮਨਸਾ ਨੂੰ ਮਨ ਵਿੱਚ ਹੀ ਸਮਾਏ ਲੈ ਲੀਨ ਕਰ ਦਿੰਦੇ ਆ। ਭਾਵ ਦੋਖ ਦ੍ਰਿਸ਼ਟੀ ਕਰਕੇ ਹਾਂਜੀ ਕਿੱਧਰ ਨਹੀਂ ਤੁਰਦੇ। ਤ੍ਰਿਸ਼ਨ ਜਲ ਤ੍ਰਿਸ਼ਨ ਦੀ ਜੱਗ ਬੁਝਾਤੀ, ਸ਼ਾਂਤ ਸਹਿਜ ਸੰਤੋਖ ਦ੍ਰਿੜਾਇਆ। ਸ਼ਾਂਤੀ ਸਹਿਜ ਗਿਆਨ ਅਤੇ ਸੰਤੋਖ ਨੂੰ ਦ੍ਰਿੜ ਕੀਤਾ। ਸਭੇ ਆਸਾਂ ਪੂਰੀਆਂ, ਆਸਾਂ ਨੂੰ ਨਿਰਾਸ ਬੁਲਾਇਆ। ਸਾਰੀਆਂ ਆਸਾਂ ਮਾਲਮ ਪੂਰੀਆਂ ਕੀਤੀਆਂ, ਆਸਾਂ 'ਚੋਂ ਨਿਰਾਸ ਹੋ ਕੇ ਬੁਲਾਇਆ ਮੈਨੇ ਸਮਾਂ ਪਾਸ ਕਰਦੇ ਆ। ਮਨਸਾ ਮਨੇ ਸਮਾਇਲ ਹੈ, ਮਨ ਕਾਮਨਾ ਕਾਮਨ ਨਿਹਕਾਮਨਾ ਤਾ। ਭਾਈ ਸਾਹਿਬ ਕਹਿੰਦੇ ਆ ਆਸਾਂ ਹਰੀਆਂ ਪੂਰੀਆਂ ਹੋ ਗਈਆਂ, ਕਿਉਂ ਜੋ ਆਸਾਂ 'ਚ ਰਹਿ ਕੇ ਨਿਰਾਸ ਹੋ ਕੇ ਸਮਾਂ ਬਿਤਾਉਂਦੇ ਆ। ਕਾਮਨਾ ਵੱਲੋਂ ਨਿਹਕਾਮ ਹੋ ਗਿਆ ਤਾਂ ਹੁਣ ਮਨ ਧਾਇਆ ਦੌੜਦਾ ਨਹੀਂ। ਕਰਮ ਕਾਲ ਜਮਜਾਲ ਕੱਟ, ਕਰਮ ਕਰੇ ਨਿਹਕਰਮ ਰਹਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਰਮ ਸਮੇਂ ਔਰ ਜਮ ਦਾ ਬੰਧਨ ਕੱਟ ਕੇ ਕਰਮ ਕਰਦੇ ਹੋਏ ਨਿਹਕਰਮੀ ਰਹਿੰਦੇ ਆ। ਕਰਮ ਕਰਤ ਹੋਵੇ ਨਿਹਕਰਮ, ਅਤੇ ਇਸ ਵੈਸ ਨੂੰ ਕਾ ਨਿਰਮਲ ਧਰਮ, ਸਹਿਜ ਸੁਭਾਅ ਹੋਵੇ ਸੋ ਹੋਏ, ਕਰਨ ਹਰ ਪਛਾਣ ਹੈ ਸੋਏ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਕਰਮ ਸਮਾਂ ਅਤੇ ਜਮ ਦੇ ਬੰਧਨ ਨੂੰ ਕੱਟ ਕੇ ਕਰਮ ਕਰਦੇ ਹੋਏ ਨਿਹਕਰਮੀ ਹੋ ਕੇ ਰਹਿੰਦੇ ਆ, ਰਹਾਇਆ ਰਹਿੰਦੇ ਆ। ਗੁਰ ਉਪਦੇਸ਼ ਅਵੇਸ਼ ਕਰ, ਗੁਰੂ ਦੇ ਉਪਦੇਸ਼ 'ਚ ਅਵੇਸ਼ ਪ੍ਰਵੇਸ਼ ਕਰਕੇ ਪੈਰੀਂ ਪੈ ਜਗ ਪੈਰੀਂ ਪਾਇਆ।
ਗੁਰਦਾਸ ਸਾਹਿਬ ਕਹਿੰਦੇ ਆ, ਗੁਰੂ ਦੇ ਉਪਦੇਸ਼ ਅਵੇਸ਼ ਮੈਨੇ ਪ੍ਰਵੇਸ਼ ਕਰਕੇ, ਸਤਿਗੁਰਾਂ ਦੇ ਪੈਰੀਂ ਪੈ ਕੇ ਸੰਸਾਰ ਨੂੰ ਪਰਮਾਤਮਾ ਦੇ ਪੈਰੀਂ ਪਾਇਆ, ਆਪ ਪੂਰਨ ਹੋ ਕੇ ਸਾਰੇ ਸੰਸਾਰ ਨੂੰ ਉਤਾਰਿਆ। ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਨ ਪਾਲਿਆ ਲੈ ਧੂਰ ਮੁਖ ਲਾਵਾਂ। ਗੁਰ ਚੇਲਾ ਚੇਲੇ ਪਰਚਾ ਪਰਚਾਇਆ, ਭਾਈ ਸਾਹਿਬ ਗੁਰੂ ਔਰ ਚੇਲੇ ਨੇ ਪ੍ਰੇਮ ਦਾ ਪਰਚਾ ਪਰਚਾਇਆ, ਭਾਵ ਕਿ ਸਾਰੇ ਸੰਸਾਰ 'ਚ ਪ੍ਰਸਿੱਧ ਹੋ ਗਿਆ। ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ, ਗੁਰੂ ਚੇਲਾ ਇੱਕ ਰੂਪ ਹੋ ਗਿਆ। ਗੁਰੂ ਸਾਹਿਬ ਸਿੱਖਿਆ ਵਿੱਚ ਚੇਲੇ ਦਾ ਲਿਵ ਨਾਲ ਸੁਰਜੀਤ ਹੋਣਾ ਔਰ ਪਿਰਮ ਰਸ ਵਿੱਚ ਖੇਡਣਾ ਔਰ ਇਹ ਸੁੱਖ ਦੇ ਸਾਹਮਣੇ ਆਸਾ ਫਲ ਤ੍ਰਿਸ਼ਨਾ ਦਾ ਦੂਰ ਕਰ ਦੇਣਾ, ਦੇਸ਼ ਕਾਲ ਨਿਮਿੱਤ ਵਸਤੂ ਆਦਿ ਬੰਧਨਾਂ ਤੋਂ ਪਾਰ ਹੋ ਕੇ ਰਸ 'ਚ ਸਮਾ ਜਾਣਾ। ਗੁਰੂ ਮਹਾਰਾਜ ਕਿਰਪਾ ਕੀਤੀ ਹੈ, 29ਵੀਂ ਵਾਰ ਸੰਪੂਰਨ ਹੋ ਗਈ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਆਪਣੇ ਚਰਨ ਦਾ ਪਿਆਰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ